ਕਈ ਲੋਕਾਂ ਨੇ ਨਾ ਸਿੱਧੂ ਨੂੰ ਮਤਲਬ ਕਿ ਰੱਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਇਹਨੂੰ ਪੂਜਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਨੇ ਕਿਸੇ ਸਟੇਜ ਦੇ ਉੱਪਰ ਜਾ ਕੇ ਥਾਪੀ ਮਾਰੀ, ਦੱਸ ਕਿਹਦਾ ਕੰਡਾ ਕੱਢਣਾ, ਜੱਟ ਜਮਾਨਤ 'ਤੇ ਆਇਆ ਹੋਇਆ, ਕਿੰਨੀ ਹੰਕਾਰੀ ਅਤੇ ਹੋਸ਼ੀ ਗੱਲ ਹੈ। ਜਦੋਂ ਇਹਦੇ ਪਿੱਛੇ ਦੀ ਕਹਾਣੀ ਪੜ੍ਹੋਗੇ ਕਿ ਦਿੜਗੇ ਸ਼ੋਅ 'ਤੇ ਮਾਰੀਏ ਥਾਪੀ ਦੇ ਪਿੱਛੇ ਕਿੰਨਾ ਸਟਰਗਲ ਹੈ, ਉਸ ਸਟੇਜ ਤੱਕ ਸਿੱਧੂ ਕਿਵੇਂ ਪਹੁੰਚਿਆ। ਜਿਹੜੇ ਪੁਰਾਣੇ ਸਿੰਗਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਮਾਨ ਸਾਹਿਬ ਦੀ ਗੱਲ ਕਰੀਏ ਜਾਂ ਬੱਬੂ ਮਾਨ ਦੀ ਗੱਲ ਕਰੀਏ, ਪ੍ਰਸ਼ਾਸਨ ਹੋ ਗਿਆ, ਪੋਲੀਟੀਕਲ ਲੀਡਰ ਹੋ ਗਏ, ਸਭ ਨੇ ਮਤਲਬ ਕਿ ਕੋਸ਼ਿਸ਼ ਕੀਤੀ ਕਿ ਉਹ ਸਟੇਜ 'ਤੇ ਨਾ ਪਹੁੰਚ ਸਕੇ, ਕਿਉਂਕਿ ਉਹ ਵੱਡੇ ਸਿੰਗਰਾਂ ਦੀ ਸਟੇਜ ਰਹੀ ਹੈ, ਜਿਹੜੇ ਇੰਡਸਟਰੀ ਦੇ ਬਾਦਸ਼ਾਹ ਨੇ। ਇਹ ਕਿਤਾਬ ਦੇ ਵਿੱਚ ਉਹ ਸਭ ਕਹਾਣੀਆਂ ਜਿਹੜੀਆਂ ਕਹਾਣੀਆਂ ਸਿੱਧੂ ਨੂੰ ਪਿਆਰ ਕਰਨ ਵਾਲੇ ਜਾਣਨਾ ਚਾਹੁੰਦੇ ਨੇ, ਸਿੱਧੂ ਦਾ ਕਤਲ ਕਿਉਂ ਹੋਇਆ ਸੀ, ਕਿਹੜੇ ਕਾਰਨ ਸੀ, ਦਿੜਬੇ ਕੱਪ ਦਾ ਕੀ ਵਿਵਾਦ ਸੀ, AK-47 ਦਾ ਕੀ ਵਿਵਾਦ ਸੀ, ਕਿੰਨਾ ਮਿਹਨਤੀ ਸੀ, ਕੀ ਕਮੀਆਂ ਸੀ, ਪ੍ਰੋਪਰ ਜਾਣਕਾਰੀ ਜਾਣਕਾਰੀ ਤੁਹਾਡੇ ਕੋਲ ਖਾਸ ਮਿੱਤਰ ਹੋਣ ਕਰਕੇ। ਹਾਂ, ਕਿਉਂਕਿ ਹੋਰ ਵੀ ਬਹੁਤ ਸੀ ਉਹਨਾਂ ਦੇ ਮਿੱਤਰ, ਤੁਸੀਂ ਲੇਖਕ ਹੋ, ਕਲਮ ਤੁਹਾਡੇ ਕੋਲ, ਉਹ ਲਿਖ ਸਕਦੇ ਹੋ ਤੁਸੀਂ। ਇਹ ਦਾਵਾ ਕਿਵੇਂ ਕਰਦੇ ਹੋ ਕਿ ਤੁਹਾਡੇ ਕੋਲ ਹੀ ਸੱਚੀ ਜਾਣਕਾਰੀ ਸਾਰੀ ਹੈ ਜਿਹੜੀ ਕਿਤਾਬ ਛਾਪਤੀ ਤੁਸੀਂ? ਬਹੁਤ ਲੋਕ ਉਸ ਤੋਂ ਬਾਅਦ ਵੀ ਸਿੱਧੂ ਦਾ ਨਾਮ ਵਰਤਦੇ ਰਹੇ। ਬਿਲਕੁਲ, ਅੱਜ ਦੇ ਤੁਹਾਡੇ 'ਤੇ ਵੀ ਦੋਸ਼ ਤਾਂ ਲੱਗਦੇ ਆ, ਸੋਸ਼ਲ ਮੀਡੀਆ 'ਤੇ ਚਰਚਾ ਛਿੜਦੀ ਹੈ ਕਿ ਮਨਜਿੰਦਰ ਮਾਖਾ ਕਿਤਾਬ ਵੇਚਦਾ ਫਿਰਦਾ ਹੈਗਾ। ਸਿੱਧੂ ਨੇ ਵੀ ਆਪਦੇ ਮਰਨ ਤੋਂ ਪਹਿਲਾਂ ਗੱਲ ਕਹੀ ਸੀ ਕਿ ਕੀਤੇ ਗਏ ਕੰਮ ਨੂੰ ਪ੍ਰਮਾਣਿਕਤਾ ਦਿਵਾਉਣੀ ਹੈ ਤਾਂ ਤੁਹਾਨੂੰ ਮਰਨਾ ਪੈਣਾ। ਕੁੱਕੀ ਗਿੱਲ ਬਚ ਰਿਹਾ ਅਤੇ ਜਿਹੜੇ ਉਹਦੇ ਨਾਲ ਖਾੜਕੂ ਸਿੰਘ ਸੀਗੇ ਉਹ ਮਰ ਗਏ। ਅੱਜ ਕੁੱਕੀ ਗਿੱਲ ਅਤੇ ਦਲਜੀਤ ਸਿੰਘ ਬਿੱਟੂ ਦੇ ਉੱਪਰ ਹਜ਼ਾਰ ਤਰ੍ਹਾਂ ਦੇ ਸਵਾਲ ਆਉਂਦੇ ਨੇ, ਕਾਰਨ ਕੀ ਉਹ ਜਿਉਂਦੇ ਨੇ। ਇਹੀ ਗੱਲ ਹੈ ਕਿ ਮੈਂ ਲਿਖਿਆ ਸੀ ਕਿ ਨਜ਼ਰ ਵਿੱਚ ਹੈ ਦੋਸ਼ ਜਮਾਨੇ ਦੇ, ਮਰਨ ਪਿੱਛੋਂ ਕਿਉਂ ਬੰਦੇ ਸਤਿਕਾਰੇ ਜਾਂਦੇ ਨੇ। ਜਿਹੜੀ ਰੇਂਜ ਰੋਵਰ ਦਾ ਸਿੱਧੂ ਦੇ ਨਾਲ ਨਾਂ ਜੁੜਿਆ ਰਿਹਾ, PVX-1 ਜਿਹੜੀ ਐਲਬਮ ਵੀ PVX-1 ਦੇ ਨਾਂ ਤੋਂ ਕੀਤੀ, ਉਹ 28 ਮਈ ਨੂੰ ਉਹ ਰੇਂਜ ਰੋਵਰ ਦਾ ਐਕਸੀਡੈਂਟ ਹੋ ਜਾਂਦਾ ਅਤੇ ਉਹ ਟੋਟਲ ਲੋਸ ਦੇ ਵਿੱਚ ਚਲੀ ਜਾਂਦੀ ਹੈ, ਮੁੜ ਕੇ ਉਹ ਰੋਡ 'ਤੇ ਨਹੀਂ ਆਉਂਦੀ, ਕਹਿਣ ਤੋਂ ਕਿ ਖਤਮ ਹੋ ਜਾਂਦੀ ਹੈ। 29 ਨੂੰ ਘਟਨਾ ਵਾਪਰ ਜਾਂਦੀ, ਸਿੱਧੂ ਦਾ ਕਤਲ ਹੋ ਜਾਂਦਾ। ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਪਰਿਵਾਰ ਵੱਲੋਂ ਕੰਪੇਨ ਕੀਤੀ ਗਈ, ਮਾਨਸਾ ਤੋਂ ਵੱਧ ਨੇੜੇ ਤਾਂ ਕੋਈ ਹੈ ਨਹੀਂ, ਕਿਉਂਕਿ ਸਿੱਧੂ ਮਾਨਸਾ ਤੋਂ ਇਲੈਕਸ਼ਨ ਲੜਿਆ ਸੀਗਾ। ਆਮ ਆਦਮੀ ਪਾਰਟੀ ਨੂੰ 48,000 ਵੋਟ ਪੈਂਦੀ ਹੈ, ਕਾਂਗਰਸ ਨੂੰ 23,000 ਵੋਟ ਪੈਂਦੀ ਹੈ, ਜਿੱਥੇ ਪਰਿਵਾਰ ਪ੍ਰਚਾਰ ਕਰਦਾ। ਚੁੱਪ ਰਹਿਣ ਦੇ ਨਾਲ ਇੱਕ ਐਸਾ ਪ੍ਰੈਸ਼ਰ ਕ੍ਰੀਏਟ ਹੋ ਸਕਦਾ ਸੀ ਕਿ ਲੋਕ ਸਾਡੇ ਨਾਲ ਜੁੜੇ ਰਹਿੰਦੇ, ਟੁੱਟੇ ਤੁਹਾਨੂੰ ਲੱਗਦਾ? ਜੇ 48,000 ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ ਅਤੇ 23,000 ਕਾਂਗਰਸ ਨੂੰ ਪਈ ਹੈ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਲੋਕ ਸਾਡੇ ਨਾਲ ਹੈ? ਸਿੱਧੂ ਦੇ ਜਾਣ ਤੋਂ 2 ਸਾਲ ਬਾਅਦ ਸਿੱਧੂ ਦੀ ਲੈਗਸੀ ਨੂੰ ਬਹੁਤ ਸਾਰੇ ਡੈਂਟ ਜਿਹੜੇ ਲੱਗ ਚੁੱਕੇ ਨੇ। ਉਹਦਾ ਕਾਰਨ ਹੈਗਾ ਕਿ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਰਾਜਨੀਤਿਕ ਤੌਰ 'ਤੇ ਸਟੈਬਲਿਸ਼ ਹੋਣ ਦੀ ਕੋਸ਼ਿਸ਼ ਕੀਤੀ। ਸਿੱਧੂ ਮੂਸੇਵਾਲੇ ਦਾ ਨਾਂ ਐਡਾ ਵੱਡਾ ਦੁਨੀਆ 'ਤੇ, ਵੱਧ ਤੋਂ MP ਜਾਂ MLA ਉਹਦੇ ਬਰਾਬਰ ਹੈ ਕੀ ਚੀਜ਼, ਪਰ ਜਿਹੜੇ ਆਸੇ ਪਾਸੇ ਲੋਕ ਵਿਚਰਦੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਮਤਲਬ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਲੈਗਸੀ ਹੈ ਉਹਦੀ ਛਾਂ ਦੇ ਹੇਠ ਸਾਡਾ ਪੋਲੀਟੀਕਲ ਅਥਾਨ ਹੋ ਸਕੇ। ਜਦੋਂ ਉਹ ਆਰਟਿਸਟ ਹੈ, ਕਾਮਯਾਬ ਹੈ, ਉਹਦੇ ਵਿੱਚ ਕਮੀਆਂ ਵੀ ਹੋਣਗੀਆਂ ਅਤੇ ਉਹਦੇ ਵਿੱਚ ਖੂਬੀਆਂ ਵੀ ਹੋਣਗੀਆਂ। ਖੂਬੀਆਂ ਬਾਰੇ ਸਾਰੇ ਲੋਕ ਚਰਚਾ ਕਰਨਗੇ, ਕਮੀਆਂ ਬਾਰੇ ਨਹੀਂ ਕੋਈ ਕਰੂਗਾ। ਕੋਈ ਬੰਦਾ ਇਹ ਨਹੀਂ ਦੱਸੂਗਾ ਕਿ ਇਹਦੀ ਜਿਹੜੀ ਵਿਚਾਰਧਾਰਾ ਉਹਦੇ ਵਿੱਚ ਸਟੈਬਿਲਿਟੀ ਨਹੀਂ ਸੀਗੀ, ਕਦੇ ਉਹ ਕਾਂਗਰਸ 'ਚ ਜਾਂਦਾ, ਕਦੇ ਉਹ ਪੰਥਕ ਹੋ ਜਾਂਦਾ, ਕਦੇ ਫਿਰ ਉਹ ਸਿਮਰਜੀਤ ਮਾਨ ਨੂੰ ਸਪੋਰਟ ਕਰ ਦਿੰਦਾ। ਪੰਥਕ ਸੀ, ਪਰਪੱਕਤਾ ਹੁੰਦੀ ਹੈ ਇੱਕ ਵਿਚਾਰਾਂ ਦੀ, ਵੀ ਬੰਦਾ ਪਰਪੱਕ ਹੈ ਇਸ ਵਿਚਾਰਾਂ ਦੇ ਪ੍ਰਤੀ। ਸਿੱਧੂ ਦੇ ਮਰਨ ਤੋਂ 2 ਦਿਨ ਪਹਿਲਾਂ ਤੱਕ ਵੀ ਉਹਨੂੰ ਕਿਸੇ ਨੇ ਪੰਥਕ ਨਹੀਂ ਕਿਹਾ, ਜਦੋਂ ਸਿੱਧੂ ਦੀ ਡੈਥ ਹੁੰਦੀ ਹੈ ਉਦੋਂ ਬਾਅਦ ਉਹਨੂੰ ਪੰਥਕ ਕਿਹਾ ਗਿਆ, ਪੰਥਕ ਲੀਡਰ ਵੀ ਕਿਹਾ ਗਿਆ। ਮੈਂ ਚਾਹੁੰਦਾ ਕਿ ਤੁਸੀਂ ਸਿੱਧੂ ਨੂੰ ਇੱਕ ਆਰਟਿਸਟ ਅਤੇ ਇੱਕ ਐਸਾ ਮਨੁੱਖ ਜਿਹਦੇ ਮਨੁੱਖ ਨੇ ਯੂਥ ਨੂੰ ਖੇਤਾਂ ਤੱਕ ਲੈ ਕੇ ਆਉਂਦਾ, ਟਰੈਕਟਰਾਂ ਦਾ ਸ਼ੌਂਕ ਪਾ ਦਿੱਤਾ, ਉਹਦੇ ਸਫ਼ਰ ਬਾਰੇ ਜਾਣੋ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਮੈਂ ਹੈਪੀ ਭਗਤਾ। ਸਪੋਕਸਮੈਨ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਕਿਤਾਬਾਂ ਵਾਲੇ ਪ੍ਰੋਗਰਾਮ ਦੇ ਵਿੱਚ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਤਾਬਾਂ ਦੇ ਉੱਤੇ ਚਰਚਾ ਕਰਾਂਗੇ।
ਪਾਠਕਾਂ ਦੇ ਨਾਲ ਗੱਲ ਕਰਾਂਗੇ, ਲੇਖਕਾਂ ਦੇ ਨਾਲ ਗੱਲ ਕਰਾਂਗੇ ਕਿ ਕਿਤਾਬ ਪੜ੍ਹਨੀ ਕਿਉਂ ਚਾਹੀਦੀ ਹੈ ਅਤੇ ਕਿਤਾਬਾਂ ਦੇ ਕਿਰਦਾਰ ਕੀ ਕੁਝ ਸਿਖਾ ਜਾਂਦੇ ਨੇ। ਅੱਜ ਇਸ ਕਿਤਾਬ ਦੇ ਬਾਰੇ ਅਸੀਂ ਗੱਲ ਕਰਨੀ ਹੈ। ਕਿਤਾਬ ਇਹਨਾਂ ਦਿਨਾਂ ਦੇ ਵਿੱਚ ਕਾਫੀ ਚਰਚਾ 'ਚ ਹੈ ਕਿਉਂਕਿ ਸਿੱਧੂ ਮੂਸੇਵਾਲਾ ਆਪ ਚਰਚਾ 'ਚ ਰਹਿੰਦੇ ਸੀਗੇ, ਉਸ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਚਰਚਾ 'ਚ ਰਹੇ ਅਤੇ ਹੁਣ ਇਹ ਕਿਤਾਬ ਵਿਵਾਦਾਂ 'ਚ ਵੀ ਆਈ ਹੈ ਅਤੇ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ ਸੋਸ਼ਲ ਮੀਡੀਆ ਉੱਤੇ। ਇਸ ਨੂੰ ਲਿਖਣ ਵਾਲੇ ਨੇ ਮਨਜਿੰਦਰ ਮਾਖਾ ਉਹਨਾਂ ਨੇ ਪਹਿਲਾਂ ਦੋ ਕਿਤਾਬਾਂ ਲਿਖੀਆਂ ਨੇ, ਕਵਿਤਾ ਦੀ ਅਤੇ ਇੱਕ ਨਾਵਲ ਉਹਨਾਂ ਦਾ ਬੜਾ ਮਕਬੂਲ ਹੋਇਆ ਸੀਗਾ ਬਲੱਡ ਲਾਈਨ, ਉਸ ਬਾਰੇ ਵੀ ਗੱਲ ਕਰਾਂਗੇ। ਪਰ ਦਾ ਰੀਅਲ ਰੀਜ਼ਨ ਬਾਏ ਲੈਜੰਡ ਡਾਈਡ, ਇਸ ਕਿਤਾਬ ਨੂੰ ਕਿਉਂ ਲਿਖਿਆ, ਕਿਉਂ ਲੋੜ ਪਈ ਇਸ ਕਿਤਾਬ ਨੂੰ ਲਿਖਣ ਦੀ, ਇਸ ਬਾਰੇ ਗੱਲਬਾਤ ਕਰਨ ਲਈ ਮਨਜਿੰਦਰ ਮਾਖਾ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਬਾਈ। ਧੰਨਵਾਦ ਜੀ। ਬਹੁਤ ਠੀਕ ਹੋ ਤੁਸੀਂ? ਬਹੁਤ ਵਧੀਆ ਜੀ। ਕਿਤਾਬਾਂ ਤਾਂ ਪਹਿਲਾਂ ਬਹੁਤ ਆ ਗਈਆਂ, ਸ਼ਬਦੀਪ ਉੱਤੇ ਬਹੁਤ ਮੈਗਜ਼ੀਨਾਂ ਦੇ ਵਿੱਚ ਵੀ ਚਰਚਾ ਛਿੜੀ, ਤਾਂ ਹੋਰ ਵੀ ਕਿਤਾਬਾਂ ਹੋਈਆਂ। ਤੁਸੀਂ ਇਹ ਉਹਨਾਂ ਕਿਤਾਬਾਂ ਬਾਰੇ ਇਹ ਕਹਿੰਦੇ ਨਜ਼ਰ ਆਉਂਦੇ ਹੋ, ਕਹਿ ਦਿੰਦੇ ਹੋ ਕਿ ਇਹ ਤਾਂ ਸੋਸ਼ਲ ਮੀਡੀਆ ਤੋਂ ਚੱਕੀਆਂ ਗੱਲਾਂ ਨੇ, ਤੁਹਾਨੂੰ ਜ਼ਿਆਦਾ ਪਤਾ? ਹਾਂਜੀ, ਮੈਨੂੰ ਲੱਗਦਾ ਕਿ ਲਗਭਗ ਇਹ ਕਿਤਾਬ ਦੇ ਆਉਣ ਤੋਂ ਪਹਿਲਾਂ 7-8 ਕਿਤਾਬਾਂ ਜਿਹੜੀਆਂ ਸਿੱਧੂ ਮੂਸੇਵਾਲੇ ਦੇ ਉੱਪਰ ਛਾਪ ਚੁੱਕੀਆਂ ਨੇਗੀਆਂ। ਪਰ ਹੈਪੀ ਬਾਈ, ਕਿਤਾਬ ਦਾ ਜੋ ਮੈਨੂੰ ਲੱਗਦਾ ਕਿ ਇੱਕ ਕਿਤਾਬ ਕਿਵੇਂ ਲਿਖਣੀ ਚਾਹੀਦੀ ਹੈ, ਕਿਤਾਬ ਕਿਵੇਂ ਦੀ ਹੋਣੀ ਚਾਹੀਦੀ ਹੈ, ਮੈਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ ਕਿ ਕਿਤਾਬ ਦੀ ਜਿਹੜੀ ਰਚਨਾ ਗੀ ਉਹ ਬਿਲਕੁਲ ਉਸੇ ਤਰ੍ਹਾਂ ਹੋਣੀ ਚਾਹੀਦੀ ਹੈ ਜਿਵੇਂ ਪਰਮਾਤਮਾ ਨੇ ਮਨੁੱਖ ਦੀ ਰਚਨਾ ਕੀਤੀ ਹੈ। ਕੋਈ ਵੀ ਚੀਜ਼ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜੀ ਕਿਤਾਬ ਆ ਉਹ ਕਦੇ ਵੀ ਗਾਣਾ ਨਹੀਂ ਹੁੰਦੀ। ਕਿਤਾਬ ਯੁੱਗ ਹੁੰਦੀ ਹੈ ਅਤੇ ਯੁੱਗਾਂ ਯੁੱਗਾਂ ਤੱਕ ਕਿਤਾਬ ਚੱਲਦੀ ਹੈ। ਤੁਸੀਂ ਇਤਿਹਾਸ ਦੇ ਵਿੱਚ ਨਜ਼ਰ ਮਾਰ ਕੇ ਦੇਖੋ, ਗੋਰਕੀ ਦੀ ਕਿਤਾਬ ਹੋ ਗਈ, ਪੁਰਾਣੇ ਗ੍ਰੰਥ ਹੋ ਗਏ, ਕਿੰਨੇ ਲੱਖਾਂ ਸਾਲਾਂ ਤੋਂ ਤੁਰੇ ਆਉਂਦੇ ਨੇਗੇ। ਇਸ ਲਈ ਇੱਕ ਕਿਤਾਬ ਨੂੰ ਲਿਖਣ ਦੇ ਵਾਸਤੇ ਇੱਕ ਸਮਾਂ ਚਾਹੀਦਾ ਹੁੰਦਾ। ਸਿੱਧੂ ਮੂਸੇਵਾਲਾ ਇਤਿਹਾਸ ਦਾ ਜਿੱਡਾ ਵੱਡਾ ਪਾਤਰ ਸੀ, ਸ਼ਾਇਦ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਵੱਧ ਮਸ਼ਹੂਰ ਪੰਜਾਬੀ, ਜਿਹਦੇ ਨਾਲ ਮੈਂ ਰਿਹਾ, ਜਿਹਦੇ ਨਾਲ ਮੈਂ ਸਮਾਂ ਬਤੀਤ ਕੀਤਾ, ਉਹ ਸਾਰੀਆਂ ਘਟਨਾਵਾਂ ਜੋ ਮੈਂ ਅੱਖੀਂ ਵੇਖੀਆਂ ਨੇ ਕਿ ਕੀ ਵਾਪਰਿਆ ਜੀ। ਅਤੇ ਇਹ ਕਿਤਾਬ ਨੂੰ ਮੈਂ ਪਿਛਲੇ 2 ਸਾਲ ਅਤੇ 3 ਮਹੀਨਿਆਂ ਤੋਂ ਸ਼ੁਭਦੀਪ ਦੇ ਜਾਣ ਤੋਂ ਬਾਅਦ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸੇ ਅੰਤਰਾਲ ਦੇ ਵਿੱਚ ਉਹ ਕਿਤਾਬਾਂ ਆਉਂਦੀਆਂ ਗਈਆਂ ਅਤੇ ਮਾਰਕੀਟ ਦੇ ਵਿੱਚੋਂ ਗਾਇਬ ਹੁੰਦੀਆਂ ਗਈਆਂ। ਉਹਦਾ ਕਾਰਨ ਇਹ ਸੀ ਕਿ ਕਿਸੇ ਕਿਤਾਬ ਦੇ ਵਿੱਚ ਜਿਹੜੀ ਚਾਰਜ ਸ਼ੀਟ ਸੀ ਉਹਨੂੰ ਐਕਸਪਲੇਨ ਕੀਤਾ ਗਿਆ, ਕਿਸੇ ਕਿਤਾਬ ਦੇ ਵਿੱਚ ਜਿਹੜੇ ਸ਼ੁਭਦੀਪ ਦੇ ਗਾਣੇ ਸੀ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ। ਪਰ ਇਹ ਕਿਤਾਬ ਹੈ ਜਿਹੜੀ, ਇਹ ਕਿਤਾਬ ਦੇ ਵਿੱਚ ਉਹ ਸਭ ਕਹਾਣੀਆਂ ਜਿਹੜੀਆਂ ਕਹਾਣੀਆਂ ਸਿੱਧੂ ਨੂੰ ਪਿਆਰ ਕਰਨ ਵਾਲੇ ਜਾਣਨਾ ਚਾਹੁੰਦੇ ਨੇ ਜੀ, ਉਹਨਾਂ ਦੇ ਪਿਛਲੀਆਂ ਕਹਾਣੀਆਂ ਨੇ ਜਿਹੜੀਆਂ ਉਹਨਾਂ ਬਾਰੇ ਦੱਸਿਆ ਕਿ ਸ਼ੁਭਦੀਪ ਕੌਣ ਸੀ, ਗੱਗੂ ਕੌਣ ਸੀ, ਸਿੱਧੂ ਮੂਸੇਵਾਲਾ ਵੰਡ ਤੱਕ ਦਾ ਸਫ਼ਰ ਅਤੇ 29 ਮਈ ਨੂੰ ਜਦੋਂ ਉਸਦਾ ਕਤਲ ਹੁੰਦਾ ਉੱਥੋਂ ਤੱਕ ਦਾ ਸਫ਼ਰ ਇਸ ਕਿਤਾਬ ਦੇ ਵਿੱਚ ਹੈ। ਇਹ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀਆਂ ਉਹ ਕਿਤਾਬ ਜਿਹੜੀਆਂ ਪਹਿਲਾਂ ਕਿਤਾਬਾਂ ਆਈਆਂ ਜਾਂ ਚਰਚਾ ਬਹੁਤੇ ਮੈਗਜ਼ੀਨਾਂ 'ਚ ਚੱਲੀ ਕਿ ਪਾਸ਼ ਦੇ ਨਾਲ ਜੋੜੀਆਂ ਗਈਆਂ ਗੱਲਾਂ ਕਿ ਸਿੱਧੂ ਪਾਸ਼ ਨੂੰ ਪੜ੍ਹਦਾ ਸੀ ਜਾਂ ਇਹ ਗੱਲਾਂ ਚੱਲੀਆਂ ਨੇ, ਤੁਸੀਂ ਕਹਿ ਸਕਦੇ ਹੋ? ਕਿਉਂਕਿ ਬਈ ਕਿਸੇ ਕਿਤਾਬ ਨੂੰ ਜਦੋਂ ਅਸੀਂ ਲਿਖਣਾ ਕਿਸੇ ਬਾਰੇ, ਖਾਸ ਬੰਦੇ ਦੇ ਬਾਰੇ ਲਿਖਣਾ, ਤਾਂ ਇੱਕ ਤਾਂ ਇਹ ਤਰੀਕਾ ਕਿ ਉਹਦੇ ਬਾਰੇ ਆਪਾਂ ਰਿਸਰਚ ਕਰ ਸਕਦੇ ਹਾਂਗੇ, ਹੈ ਨਾ, ਅਤੇ ਦੂਜਾ ਇਹ ਤਰੀਕਾ ਕਿ ਤੁਸੀਂ ਉਹਨੂੰ ਜਾਣਦੇ ਹੋ, ਹੈ ਨਾ। ਹੁਣ ਉਹ ਕਿਤਾਬਾਂ ਨੇ ਜਿਹੜੀਆਂ ਉਹ ਰਿਸਰਚ ਨਹੀਂ ਕੀਤੀ ਗਈ ਉਹ ਕਿਤਾਬਾਂ ਦੇ ਉੱਪਰ, ਕਿਉਂਕਿ ਉਹ ਸ਼ਾਇਦ ਮੈਨੂੰ ਲੱਗਦਾ ਕਿ ਇੱਕ ਪੈਸੇ ਕਮਾਉਣ ਦਾ ਜ਼ਰੀਆ ਸੀ ਜਾਂ ਕੁਛ ਵੀ, ਮਿਸਇਨਫੋਰਮੇਸ਼ਨ ਉਹਦੇ ਵਿੱਚ ਬਹੁਤ ਸਾਰੀਆਂ ਫੈਲਾਈਆਂ ਗਈਆਂ। ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੇਖਿਆ ਵੀ ਹੋਣਾ ਕਿ ਉਹ ਕਿਤਾਬਾਂ ਦਾ ਵਿਰੋਧ ਵੀ ਬਹੁਤ ਹੋਇਆ, ਅਤੇ ਮੇਰੇ 'ਤੇ ਇਹ ਜ਼ਿੰਮੇਵਾਰੀ ਸੀ ਕਿਉਂਕਿ ਮੈਂ ਉਹ ਬੰਦੇ ਦੇ ਨਾਲ ਇੱਕ ਥਾਲ ਦੇ ਵਿੱਚ ਬੈਠ ਕੇ ਰੋਟੀ ਖਾਧੀ ਹੈ ਜੀ, ਕਿ ਮੈਂ ਉਹਦੇ ਕਿਰਦਾਰ ਨੂੰ ਅਤੇ ਜੋ ਚੀਜ਼ਾਂ ਵਾਪਰੀਆਂ ਨੇ ਉਹਨਾਂ ਨੂੰ ਹੂ ਬ ਹੂ ਉਹਦੇ ਪਾਠਕਾਂ ਤੱਕ, ਉਸਨੂੰ ਪਿਆਰ ਕਰਨ ਵਾਲੇ ਲੋਕਾਂ ਤੱਕ
ਪਹੁੰਚਾ ਸਕਾਂ ਜੀ। ਇਹ ਲਿਖਣ ਦੀ ਲੋੜ ਤੁਹਾਨੂੰ ਕੀ ਲੱਗਿਆ ਕਿ ਇਸ ਕਿਤਾਬ ਨੂੰ ਜਿਵੇਂ ਵੀ ਤੁਸੀਂ ਲਿਖਿਆ ਗਿਆ ਉਸਦੇ ਜੀਵਨ ਨੂੰ ਲਿਖਿਆ ਜਾਂ ਜਿਵੇਂ ਲਿਖਿਆ ਗਿਆ, ਕਿਉਂ ਲੋੜ ਪਈ ਤੁਹਾਨੂੰ ਲੱਗਿਆ ਕਿ ਕਿਤਾਬ ਦਾ ਰੂਪ ਹੀ ਹੋਣੀ ਚਾਹੀਦੀ ਹੈ ਇਹ ਗੱਲ? ਜਿਹੜਾ ਅੱਜ ਦਾ ਦੌਰ ਆ ਉਹ ਸੋਸ਼ਲ ਮੀਡੀਆ ਦਾ ਦੌਰ ਆ ਅਤੇ ਸੋਸ਼ਲ ਮੀਡੀਆ ਦੇ ਉੱਪਰ ਮਿਸਇਨਫੋਰਮੇਸ਼ਨਾਂ ਤੁਸੀਂ ਵੇਖਦੇ ਹੋ ਕਿ ਫੈਲਾਈਆਂ ਜਾਂਦੀਆਂ ਨੇ। ਬੜੇ ਲੋਕਾਂ ਨੇ ਬੜੀਆਂ ਤਰੀਆਂ ਦੀਆਂ ਗੱਲਾਂ ਜਿਹੜੀਆਂ ਸਿੱਧੂ ਦੇ ਬਾਰੇ ਕੀਤੀਆਂ ਕਿ ਉਹਦੇ ਗੈਂਗਸਟਰਾਂ ਨਾਲ ਲਿੰਕ ਸੀ, ਜਾਂ ਫਿਰ ਲਾ ਲਓ ਕਿ ਵਿੱਚ ਲੋਕ ਇਹ ਵੀ ਕਹਿੰਦੇ ਰਹੇ ਕਿ ਜੀ ਲੂਮੀਨਾਤੀਆਂ ਦਾ ਆ ਗਿਆ, ਵਿੱਚ ਉਹ ਡੈਵਲ ਦੀ ਪੂਜਾ ਕਰਦਾ ਸੀ, ਹੈ ਨਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਪ੍ਰੈਪੋਗੈਂਡਾ, ਯੂਟਿਊਬ ਤੋਂ ਪੈਸੇ ਕਮਾਉਣ ਦੇ ਸਾਧਨ ਲਾ ਲਓ, ਕੁਛ ਵੀ ਲਾ ਲਓ, ਕਮਾਈ ਦੇ ਸਾਧਨ ਲਾ ਲਓ ਨਾ। ਪਰ ਇਹ ਕਿਤਾਬ, ਇਸ ਸਾਰੀ ਕਹਾਣੀ ਨੂੰ ਇੱਕ ਕਿਤਾਬ ਦਾ ਰੂਪ ਦੇਣ ਦਾ ਜਿਹੜਾ ਮੇਰਾ ਮਕਸਦ ਸੀ ਉਹ ਇਹ ਸੀ ਕਿ ਅੱਜ ਤੋਂ 100-200 ਸਾਲ ਬਾਅਦ ਜਦੋਂ ਕੋਈ ਬੱਚਾ ਸਿੱਧੂ ਮੂਸੇਵਾਲੇ ਦੇ ਬਾਰੇ ਜਾਣਨਾ ਚਾਹੇ ਜੀ, ਤਾਂ ਉਸਨੂੰ ਐਕਚੁਅਲ ਜਿਹੜੀ ਜਾਣਕਾਰੀ ਹੈ ਕਿ ਐਕਚੁਅਲ ਉਦੋਂ ਵਾਪਰਿਆ ਕੀ ਸੀ, ਸਿੱਧੂ ਦਾ ਕਤਲ ਕਿਉਂ ਹੋਇਆ ਸੀ, ਕਿਹੜੇ ਕਾਰਨ ਸੀ, ਸ਼ੁਭਦੀਪ ਦਾ ਦਿੜਬੇ ਕੱਪ ਦਾ ਕੀ ਵਿਵਾਦ ਸੀ, AK-47 ਦਾ ਕੀ ਵਿਵਾਦ ਸੀ, ਕਿਵੇਂ ਦਾ ਇਨਸਾਨ ਸੀ, ਕਿੰਨਾ ਮਿਹਨਤੀ ਸੀ, ਕੀ ਕਮੀਆਂ ਸੀ, ਹੈ ਨਾ। ਉਹ ਸਾਰੀਆਂ ਚੀਜ਼ਾਂ ਬਾਰੇ ਉਸਨੂੰ ਪ੍ਰੋਪਰ ਜਾਣਕਾਰੀ। ਇਹ ਜਾਣਕਾਰੀ ਤੁਹਾਡੇ ਕੋਲ ਖਾਸ ਮਿੱਤਰ ਹੋਣ ਕਰਕੇ? ਹਾਂ, ਕਿਉਂਕਿ ਤਾਂ ਹੋਰ ਵੀ ਬਹੁਤ ਸੀ ਉਹਨਾਂ ਦੇ। ਹਾਂ, ਪਰ ਇਹ ਕੁਦਰਤੀ ਸੀ ਬਾਈ, ਮਿੱਤਰ ਬਹੁਤ। ਤੁਸੀਂ ਲੇਖਕ ਹੋ, ਕਲਮ ਤੁਹਾਡੇ ਕੋਲ ਆ, ਮਤਲਬ ਉਹ ਲਿਖ ਸਕਦੇ ਹੋ ਤੁਸੀਂ? ਹਾਂ, ਮੈਂ ਦੋ ਕਿਤਾਬਾਂ ਪਹਿਲਾਂ ਲਿਖੀਆਂ ਨੇ ਤੇ ਜਿਹੜੀ ਚੀਜ਼ਾਂ ਵਾਪਰ ਰਹੀਆਂ ਸੀ ਉਹਦੇ ਆਸੇ ਪਾਸੇ। ਇਹ ਦਾਵਾ ਕਿਵੇਂ ਕਰਦੇ ਹੋ ਕਿ ਤੁਹਾਡੇ ਕੋਲ ਹੀ ਸੱਚੀ ਜਾਣਕਾਰੀ ਸਾਰੀ ਹੈ ਕਿ ਜਿਹੜੀ ਕਿਤਾਬ 'ਚ ਛਾਪਤੀ ਤੁਸੀਂ? ਇਹ ਦਾਵਾ, ਇਹਦਾ ਇੱਕ ਕਾਰਨ ਤਾਂ ਇਹ ਹੈ ਕਿ ਮੈਂ ਰਿਸਰਚ ਕੀਤੀ ਆ। ਦੇਖੋ, ਜੇ ਤਾਂ ਮੈਂ 2-3 ਮਹੀਨਿਆਂ ਬਾਅਦ ਕਿਤਾਬ ਕਰ ਦਿੰਦਾ ਜੀ, ਹੈ ਨਾ, ਫਿਰ ਤਾਂ ਤੁਸੀਂ ਮੇਰੇ 'ਤੇ ਵੀ ਇਲਜ਼ਾਮ ਲੱਗ ਸਕਦਾ ਸੀਗਾ ਕਿ ਇਹ ਪੈਸੇ ਕਮਾਉਣ ਵਾਸਤੇ, ਕਿਉਂਕਿ ਤੁਸੀਂ ਬਹੁਤ ਸਾਰੀਆਂ ਇੰਟਰਵਿਊ ਜਿਵੇਂ ਮੇਰੇ ਨਾਲ ਵੀ ਕੀਤੀ ਹੈ ਉਸ, ਤੁਸੀਂ ਅਕਸਰ ਗੱਲ ਕਰਦੇ ਰਹੇ ਹੋ ਕਿ ਬਹੁਤ ਲੋਕ ਉਸ ਤੋਂ ਬਾਅਦ ਵੀ ਸਿੱਧੂ ਦਾ ਨਾਮ ਵਰਤਦੇ ਰਹੇ। ਬਿਲਕੁਲ, ਅਤੇ ਅੱਜ ਦੇ ਤੁਹਾਡੇ 'ਤੇ ਵੀ ਦੋਸ਼ ਤਾਂ ਲੱਗਦੇ ਆ, ਸੋਸ਼ਲ ਮੀਡੀਆ 'ਤੇ ਚਰਚਾ ਛਿੜਦੀ ਹੈ ਕਿ ਮਨਜਿੰਦਰ ਮਾਖਾ ਕਿਤਾਬ ਵੇਚਦਾ ਫਿਰਦਾ ਹੈਗਾ। ਦੇਖੋ, ਦੋ ਗੱਲਾਂ ਨੇਗੀਆਂ ਜੀ। ਜਦੋਂ ਮੈਂ ਇਹ ਕਿਤਾਬ ਕਰ ਰਿਹਾ ਸੀ, ਮੈਂ ਸਾਰੀਆਂ ਚੀਜ਼ਾਂ ਦੇ ਵਾਸਤੇ ਤਿਆਰ ਸੀ। ਜਿਹੜੀ ਗੱਲ ਇਹ ਹੈ ਕਿ ਕਿਤਾਬ ਵੇਚਦਾ ਫਿਰਦਾ, ਉਹਦਾ ਇੱਕ ਇਹ ਹੁੰਦਾ ਕਿ ਇਹ ਕਿਤਾਬ ਪ੍ਰਿੰਟ ਵੈਲ ਤੋਂ ਛਪੀ ਹੈ ਜੀ, ਪੰਜਾਬ ਦੀ ਸਭ ਤੋਂ ਸ਼ਾਨਦਾਰ ਪ੍ਰਿੰਟਿੰਗ ਪ੍ਰੈਸ ਹੈ, ਅਤੇ ਇਹਦੇ ਵਿੱਚ ਜੋ ਪੇਜ ਲੱਗਿਆ ਇਹਦੇ ਵਿੱਚ ਲਗਭਗ 30 ਫੋਟੋਆਂ ਲੱਗੀਆਂ ਨੇਗੀਆਂ, ਹੈ ਨਾ। ਅਤੇ ਫਿਰ ਇਹਦਾ ਜਿਹੜਾ ਪ੍ਰਾਈਜ਼ ਹੈਗਾ ਉਹ ਪ੍ਰਾਈਜ਼ ਦੇ 50% 40% 'ਤੇ ਇਹ ਮਾਰਕੀਟ ਦੇ ਵਿੱਚ ਜਾਊਗੀ ਜੀ, ਠੀਕ ਹੈ। ਜਿਹੜਾ ਜੇ ਤੁਸੀਂ ਕੋਈ ਇੱਕ ਜਿਹੜੇ ਲੋਕ ਕਿਤਾਬਾਂ ਦੀ ਜਾਣਕਾਰੀ ਰੱਖਦੇ ਨੇ, ਜਿਨ੍ਹਾਂ ਨੂੰ ਪਤਾ ਕਿ ਕਿਤਾਬਾਂ ਦੇ ਵਿੱਚੋਂ ਕਿੰਨੀ ਕੁ ਕਮਾਈ ਹੈ ਜੀ, ਉਹਨਾਂ ਨੂੰ ਪਤਾ ਕਿ ਇਹਦੇ ਵਿੱਚੋਂ ਕੁਛ ਬਚਣ ਬਚਾਉਣ ਵਾਲਾ ਕੁਛ ਨਹੀਂ, ਠੀਕ ਹੈ ਨਾ, ਕਿਉਂਕਿ ਬਹੁਤ ਮੈਂ ਮਹਿੰਗੀ ਛਪਾਈ ਕਰਵਾਈ ਹੈ, ਸਭ ਤੋਂ ਮਹਿੰਗਾ ਇਹਦੇ ਉੱਪਰ ਪੇਜ ਲਵਾਇਆ, ਫਿਰ ਅੰਦਰ ਜਿਹੜੀਆਂ ਫੋਟੋਆਂ ਰਹੀਆਂ ਉਹ ਇੱਕ ਫੋਟੋ ਜੇ ਅਸੀਂ ਖਿਚਾਉਂਦੇ ਹਾਂਗੇ, ਤੁਸੀਂ ਦੇਖ ਲਓ ਮਾਰਕੀਟ 'ਚ ਕਿੰਨਾ, ਇਹਦੇ ਵਿੱਚ 30 ਦੇ ਲਗਭਗ ਫੋਟੋਆਂ ਹੈਗੀਆਂ ਨੇਗੀਆਂ। ਇਹਦੇ ਵਿੱਚੋਂ ਪੈਸੇ ਕਮਾਉਣ ਦਾ ਇਹ ਸਾਧਨ ਨਹੀਂ, ਇਹ ਹੈਗਾ ਇਨਫੋਰਮੇਸ਼ਨ ਦਾ ਸਾਧਨ। ਕਿਉਂਕਿ ਪਿਛਲੇ 2 ਦੇ ਵਿੱਚ ਮੈਂ ਮਹਿਸੂਸ ਕੀਤਾ ਕਿ ਸਿੱਧੂ ਮੂਸੇਵਾਲੇ ਬਾਰੇ ਜਿੰਨੀ ਮਿਸਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਫੈਲਾਈ ਗਈ ਹੈਗੀ, ਸ਼ਾਇਦ ਹੀ ਕਿਸੇ ਬਾਰੇ ਇੰਨੀ ਫੈਲਾਈ ਗਈ ਹੋਵੇ। ਦੂਜਾ ਇਹ ਹੈ ਕਿ ਜੇ ਮੈਂ ਨਾ ਲਿਖਦਾ ਤਾਂ ਕੌਣ ਲਿਖਦਾ? ਮੈਂ ਚੀਜ਼ਾਂ ਨੂੰ ਵੇਖਿਆ, ਜਾਣਿਆ, ਮਹਿਸੂਸ ਕੀਤਾ, ਫਿਰ ਮੈਂ ਜਿਹੜੀਆਂ ਚੀਜ਼ਾਂ ਬਾਰੇ ਮੈਨੂੰ ਡਾਊਟ ਸੀ ਮੈਂ ਰਿਸਰਚ ਕੀਤੀ ਹੈ, ਜਿਹੜੀਆਂ ਚੀਜ਼ਾਂ 'ਤੇ ਮੈਨੂੰ ਫਿਰ ਵੀ ਡਾਊਟ ਸੀ ਉੱਥੇ ਮੈਂ ਇਹ ਸ਼ਬਦ ਵਰਤਿਆ ਕਿ ਇਸ ਚੀਜ਼ ਦੀ ਪ੍ਰਮਾਣਿਕਤਾ ਕੋਈ ਨਹੀਂ। ਕਿਉਂਕਿ ਕਈ ਚੀਜ਼ਾਂ ਐਸੀਆਂ ਕਿ ਪਰਿਵਾਰ ਅਲੱਗ ਢੰਗ ਨਾਲ ਗੱਲ ਕਹਿੰਦਾ ਸੀ ਅਤੇ ਉਸੇ ਚੀਜ਼ ਦੇ ਜਿਹੜੇ ਵਿਰੋਧੀ ਸੀਗੇ ਉਹ ਅਲੱਗ ਢੰਗ ਨਾਲ ਗੱਲ ਕਹਿੰਦੇ ਸੀਗੇ। ਆਪਾਂ ਤੱਥਾਂ ਨੂੰ ਸਾਹਮਣੇ ਰੱਖਿਆ ਕਿ ਜੱਜ ਕਿਤੇ ਨਹੀਂ ਬਣੇ ਹੈਗੇ, ਵੀ ਮੈਂ ਸਾਹਮਣੇ ਰੱਖਿਆ, ਤੱਥ ਸਾਹਮਣੇ ਰੱਖਿਆ, ਡਿਸਾਈਡ ਪਾਠਕ ਨੇ ਕਰਨਾ, ਲੋਕਾਂ ਨੇ ਕਰਨਾ।
ਆਪਾਂ ਦੋਨੇ ਪੱਖਾਂ ਦੇ ਦੋਨੇ ਤਰ੍ਹਾਂ ਦਾ ਪੱਖ ਲਿਆ ਕੇ ਸਾਹਮਣੇ ਰੱਖਤਾ ਕਿ ਇਹ ਚੀਜ਼ ਜੀ ਉਦੋਂ ਪਰਿਵਾਰ ਵੱਲ ਇਹ ਵਾਪਰ ਰਹੀ ਸੀ, ਦੂਜੇ ਪਾਸੇ ਇਹ ਵਾਪਰ ਰਹੀ। ਤੁਹਾਨੂੰ ਇਹ ਲੱਗਦਾ ਕਿ ਉਸ ਸਮੇਂ ਦੇ ਵਿੱਚ ਜੋ ਇਹ ਘਟਨਾ ਵਾਪਰੀ ਕਿ ਸੋਸ਼ਲ ਮੀਡੀਆ ਰਾਹੀਂ ਜੋ ਗੱਲਾਂ ਪ੍ਰਚਾਰੀਆਂ ਗਈਆਂ ਜਾਂ ਮੀਡੀਆ ਰਾਹੀਂ ਵੀ ਬਹੁਤੀਆਂ ਕਹਾਣੀਆਂ ਹੁੱਬ ਹੁੱਬ ਕੇ ਦੱਸੀਆਂ ਗਈਆਂ ਕਿ ਇੱਥੇ ਐਂ ਹੋਇਆ ਇੱਥੇ ਐਂ ਹੋਇਆ, ਇਹ ਗਲਤ ਹੋਈਆਂ ਨੇ ਬਹੁਤ ਚੀਜ਼ਾਂ? ਬਹੁਤ ਗਲਤ ਹੋਈਆਂ ਨੇ ਜੀ, ਕਿਉਂਕਿ ਵਿਊਅਰਸ਼ਿਪ ਨੂੰ ਵਧਾਉਣ ਖਾਤਰ ਇੱਕ ਬੰਦੇ ਦੇ ਕਿਰਦਾਰ ਨੂੰ ਤੁਸੀਂ ਕਿਵੇਂ ਪੇਸ਼ ਕਰ ਰਹੇ ਹੋ, ਹੈ ਨਾ। ਮੇਰੇ 'ਤੇ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ 'ਤੇ ਇਲਜ਼ਾਮ ਹੈ, ਅਤੇ ਮੇਰੇ 'ਤੇ ਇਹ ਜ਼ਿੰਮੇਵਾਰੀ ਵੀ ਸੀ ਕਿ ਮੈਂ ਉਹਦੇ ਕਿਰਦਾਰ ਨੂੰ ਕਿਸ ਤਰ੍ਹਾਂ ਪੇਸ਼ ਕਰਦਾ, ਕਿਉਂਕਿ ਜੇ ਮੈਂ ਵੀ ਮਿਸ ਇਨਫੋਰਮੇਸ਼ਨ ਫੈਲਾਊਂਗਾ, ਹੈ ਨਾ, ਤਾਂ ਕਿਉਂਕਿ ਅਸੀਂ ਇਕੱਠੇ ਰਹੇ ਹਾਂਗੇ। ਮੇਰਾ ਇਹ ਸੀਗਾ ਕਿ ਮੈਂ ਜਿੰਨੀ ਕੁ ਜਾਣਕਾਰੀ ਕੁਛ ਜਾਣਕਾਰੀ ਮੈਂ ਪਰਿਵਾਰ ਵੱਲੋਂ ਮਾਤਾ ਤੋਂ, ਹੈ ਨਾ, ਲਈ ਹੈ। ਬੇਸ਼ੱਕ ਮਤਲਬ ਕਿ ਅੱਜ ਇਹ ਕਿਹਾ ਜਾ ਰਿਹਾ ਕਿ ਪਰਮਿਸ਼ਨ ਲਏ ਬਿਨਾਂ ਕਿਤਾਬ ਕੀਤੀ ਗਈ, ਹੈ ਨਾ। ਜਾਣਕਾਰੀ ਜਿਹੜੀਆਂ ਇਹਦੇ ਵਿੱਚ ਫੋਟੋਜ਼ ਨਹੀਂ ਹੈ ਉਹ ਮੈਂ ਘਰੋਂ ਹੀ ਲੈ ਕੇ ਆਇਆ, ਅਤੇ ਮੇਰੇ ਕੋਲ ਉਹ ਚੀਜ਼ ਦੇ ਪ੍ਰੂਫ ਵੀ ਪਏ ਮੇਰੇ ਲੈਪਟੋਪ ਦੇ ਵਿੱਚ, ਉਹ ਸਾਰਾ ਡਾਟਾ, ਉਹ ਸਾਰੀਆਂ ਐਲਬਮਾਂ ਹੂ ਬਹੂ ਪਈਆਂ ਨੇ ਜਾਂ ਵੋਇਸ ਨੋਟ ਸਾਰਾ ਕੁਛ ਪਿਆ, ਹੈ ਨਾ, ਕਿ ਮੈਂ ਉਹਨਾਂ ਤੋਂ ਜਾਣਕਾਰੀਆਂ ਲਈਆਂ, ਬਚਪਨ ਦੀਆਂ ਜਾਣਕਾਰੀਆਂ, ਸਕੂਲ ਦੀਆਂ ਜਾਣਕਾਰੀਆਂ, ਕਾਲਜ ਦੀਆਂ ਜਾਣਕਾਰੀਆਂ, ਉਦੋਂ ਬਾਅਦ ਜਿਹੜੇ ਲੋਕਾਂ ਦੇ ਨਾਲ ਸਿੱਧੂ ਵਿਚਰਦਾ ਰਿਹਾ ਉਹਨਾਂ ਤੋਂ ਇਹ ਸਾਰੀਆਂ ਜਾਣਕਾਰੀਆਂ ਮੈਂ ਇਕੱਠੀਆਂ ਕਰ ਕਰਕੇ ਇਹ ਕਿਤਾਬ ਕੀਤੀ ਹੈ। ਅਤੇ ਬਾਕੀ ਇਹ ਸੀ ਹੈ ਕਿ ਮੈਂ ਨਾਲ ਸੀ, ਇਸ ਲਗਭਗ ਮਤਲਬ ਹਰ ਇੱਕ ਚੀਜ਼ ਮੈਂ ਆਪਦੇ ਅੱਖੀਂ ਵੇਖੀ ਹੈ ਜੀ, ਅਤੇ ਅਸੀਂ ਉਹ ਚੀਜ਼ ਦੇ ਉੱਪਰ ਡਿਸਕਸ ਕਰਦੇ ਰਹੇ ਹਾਂ ਮੈਂ ਅਤੇ ਸਿੱਧੂ, ਅਤੇ ਉਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਸੀ ਜਦੋਂ ਡਿਸਕਸ ਕੀਤਾ ਸੀ, ਉਹ ਇੱਕ ਫਿਲਮ ਬਣ ਰਹੀ ਸੀ ਜਦੋਂ ਸਿੱਧੂ ਦੀ ਡੈਥ ਹੁੰਦੀ ਹੈ, ਅਤੇ ਮੈਂ ਮਤਲਬ ਕਿ ਅਚਾਨਕ ਮੈਂ ਮਹਿਸੂਸ ਕੀਤਾ ਕਿ ਕਿਵੇਂ ਕਿਵੇਂ ਸਾਰਾ ਕੁਛ। ਤੁਸੀਂ ਤਾਂ ਪਰਿਵਾਰ ਦੇ ਬਹੁਤ ਨਜ਼ਦੀਕ ਵੀ ਰਹੇ ਹੋ, ਹੁਣ ਚਲੋ ਵਿਰੋਧ ਹੋ ਰਿਹਾ ਪਰਿਵਾਰ ਵੱਲੋਂ, ਪਰ ਤੋਂ ਲੇਖਕ ਹੋਣ ਦੇ ਨਾਤੇ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਜਦੋਂ ਕਿਸੇ 'ਤੇ ਕਿਤਾਬ ਲਿਖੀ ਜਾਂਦੀ ਆ ਜਾਂ ਕਿਸੇ ਦੇ ਜੀਵਨ ਬਾਰੇ ਆਪਾਂ ਕੋਈ ਗੱਲ ਕਰਦੇ ਹਾਂ ਤਾਂ ਸਾਨੂੰ ਰਾਈਟ ਤਾਂ ਪਰਿਵਾਰ ਨੂੰ ਹੁੰਦਾ, ਤੁਸੀਂ ਬਿਨਾਂ ਪਰਮਿਸ਼ਨ ਲਏ ਤੁਸੀਂ ਕਿਤਾਬ ਲਿਖ ਦਿੱਤੀ? ਦੇਖੋ ਵੀ ਦੋ ਗੱਲਾਂ ਨੇ ਹੈਪੀ ਬਾਈ, ਇੱਕ ਤਾਂ ਇਹ ਹੈ ਕਿ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਕਿ ਨਹੀਂ ਜਾਣਨਾ ਚਾਹੁੰਦੇ। ਅੱਜ ਜਸਵੰਤ ਸਿੰਘ ਖਾਲੜਾ ਦੀ ਫਿਲਮ ਸੈਂਸਰ ਬੋਰਡ ਦੇ ਵਿੱਚ ਅਟਕੀ ਪਈ ਹੈ ਜੀ, ਉਹ ਕਹਿ ਰਹੇ ਨੇ ਕਿ ਕੱਟ ਲਵਾਓ, ਹੈ ਨਾ, ਅਤੇ ਫਿਲਮ ਵਿਚਾਲੇ ਪਈ ਹੈ, ਉਹ ਕੱਟ ਲੱਗਣਗੇ, ਜਿਹੜੀ ਸੱਚਾਈ ਹੈ ਸੱਚਾਈ ਤੋਂ ਅਸੀਂ ਦੂਰ ਹੋ ਜਾਵਾਂਗੇ, ਹੈ ਨਾ। ਹੁਣ ਮੈਂ ਜੇ ਤਾਂ ਮੈਂ ਕਰਨੀ ਹੋਵੇ ਚਾਪਲੂਸੀ, ਜੇ ਤਾਂ ਮੈਂ ਕਰਨੀ ਹੋਵੇ ਮਹਿਮਾ ਇਕੱਲੀ, ਹੈ ਨਾ, ਫਿਰ ਤਾਂ ਮਤਲਬ ਕਿ ਮੈਂ ਵਧਾ ਚੜ੍ਹਾ ਕੇ ਚੀਜ਼ਾਂ, ਦੇਖੋ ਮੈਂ ਮੇਰਾ ਜਿਹੜਾ ਕੰਮ ਹੈ ਐਜ਼ ਅ ਜੇ ਮੈਂ ਲੇਖਕ ਦਾ ਧਰਮ ਨਿਭਾਉਣਾ ਤਾਂ ਮੈਂ ਇਹ ਦੇਖਣਾ ਸੀਗਾ ਕਿ ਮੈਂ ਸ਼ੁਭਦੀਪ ਨੂੰ, ਗੱਗੂ ਨੂੰ ਅਤੇ ਸਿੱਧੂ ਮੂਸੇਵਾਲੇ ਨੂੰ, ਹੈ ਨਾ, ਉਹਦਾ ਜਿਹੜਾ ਸਫ਼ਰ ਉਹਨੂੰ ਉਹ ਦਿਖਾ ਸਕਾਂ ਜੀ। ਇੱਕ ਰਾਈਟਰ ਕੋਲ ਉਹਦੀ ਕਲਮ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਚੀਜ਼ਾਂ ਨੂੰ ਵਧਾ ਚੜ੍ਹਾ ਕੇ, ਜਿਵੇਂ ਮਤਲਬ ਕਿ ਕਿਹਾ ਜਾਂਦਾ ਕਿ ਭਾਈ ਬਾਲੇ ਦੀ ਸਾਖੀ ਜੀ, ਗੁਰੂ ਨਾਨਕ ਦੇਵ ਜੀ ਨੇ ਪੰਜੇ ਨਾਲ ਮਤਲਬ ਪੱਥਰ ਰੋਕਤਾ ਸੀ, ਉਹ ਵੀ ਸ਼ੰਕਾਵਾਂ ਆ ਗਈਆਂ ਨਾ ਅੱਜ ਮਤਲਬ 500 ਸਾਲ ਬਾਅਦ, ਜਿਹੜੀ ਨਵੀਂ ਪੀੜ੍ਹੀ ਹੈਗੀ ਨਵਾਂ ਪੂਰ ਹੈ ਉਹ ਚੀਜ਼ 'ਤੇ ਯਕੀਨ ਕਰਨ ਨੂੰ ਤਿਆਰ ਨਹੀਂ ਕਿ ਇਹ ਪੋਸੀਬਲ ਕਿਵੇਂ ਆ ਜੀ। ਠੀਕ ਹੈ, ਉਹੀ ਚੀਜ਼ ਹੈਗੀ, ਜੇ ਤਾਂ ਮੈਂ ਮਹਿਮਾ ਕਰਨੀ ਹੁੰਦੀ, ਹੈ ਨਾ, ਫਿਰ ਤਾਂ ਮੈਂ ਉਹ ਢੰਗ ਨਾਲ ਕਰਦਾ, ਕਿਉਂਕਿ ਪੈਸੇ ਤਾਂ ਮੈਨੂੰ ਫਿਰ ਵੀ ਉਨੇ ਹੀ ਮਿਲਣੇ ਸੀਗੇ ਜਿਵੇਂ ਮੇਰੇ 'ਤੇ ਇਲਜ਼ਾਮ ਆ ਕਿ ਇਹ ਪੈਸੇ ਕਮਾ ਰਿਹਾ ਹੈਗਾ। ਅੱਜ ਮੈਂ ਉਸ ਚੀਜ਼ਾਂ ਜਿਹੜੇ ਫੈਕਟ ਰੱਖੇ ਨੇ, ਜਿਹੜੇ ਫੈਕਟ ਪਰਿਵਾਰ ਨੂੰ ਵੀ ਪਸੰਦ ਨਹੀਂ ਹੈਗੇ ਅਤੇ ਟੀਮ ਨੂੰ ਵੀ ਪਸੰਦ ਨਹੀਂ ਹੈਗੇ, ਉਹਨਾਂ ਨੂੰ ਲੱਗਦਾ ਕਿ ਇਹ ਇਹ ਗਲਤ ਹੋ ਰਿਹਾ ਹੈਗਾ ਜੀ, ਹੈ ਨਾ। ਉਹ ਸੱਚਾਈ ਨੂੰ ਬਿਆਨ ਕਰਨ ਵਾਸਤੇ ਮੈਨੂੰ ਇਸੇ ਤਰ੍ਹਾਂ ਹੀ ਢੰਗ ਨਾਲ ਹੀ ਕੰਮ ਕਰਨਾ ਪੈਣਾ ਜੀ, ਤਾਂ ਕਿ ਜਿਹੜਾ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਆ ਸਕੇ ਜੀ। ਮਨਜਿੰਦਰ ਭਾਈ, ਜਿਵੇਂ ਤੁਸੀਂ ਕਿਹਾ ਕਿ ਪਰਿਵਾਰ ਨੇ ਵਿਰੋਧ ਕੀਤਾ ਇਸ ਕਿਤਾਬ ਦਾ,
ਹੁਣ ਤੁਹਾਡਾ ਤਾਂ ਦੋਨੇ ਪਾਸੇ ਵਿਰੋਧ ਹੋਊਗਾ, ਤੁਸੀਂ ਉੱਧਰ ਵੀ ਵਿਰੋਧ ਦਾ ਹਾਰੋਗੇ ਜਿਹਨਾਂ ਬਾਰੇ ਲਿਖ ਦਿੱਤਾ ਹੈਗਾ, ਤੇ ਇੱਕ ਪਾਸੇ ਪਰਿਵਾਰ ਆ ਤੇ ਉਹ ਵੀ ਵਿਰੋਧ ਆ, ਤੁਸੀਂ ਤਾਂ ਵਿਚਾਲੇ ਆ ਗਏ ਹੋ ਫਿਰ। ਗੁਰਦਿਆਲ ਸਿੰਘ ਦਾ ਨਾ ਇੱਕ ਨਾਵਲ ਬਹੁਤ ਬਟਾਲੇ ਤੋਂ ਪਹਿਲਾਂ 10ਵੀਂ 'ਚ ਲੱਗਿਆ ਹੋਇਆ ਸੀਗਾ, ਉਦੋਂ ਨਾ ਜਿੱਥੇ ਸ਼ਾਇਦ ਨਾਵਲ ਖਤਮ ਹੁੰਦਾ ਉੱਥੇ ਲੈਣਾ ਕਿ ਸੱਚ ਨੂੰ ਸਦਾ ਫਾਂਸੀ, ਹੱਕ ਨੂੰ ਸਦਾ ਸੂਲੀ, ਸੂਲੀ 'ਤੇ ਜੋ ਸਵਾਦ ਹੈ ਫੁੱਲਾਂ 'ਤੇ ਨਹੀਂ, ਮਰਨ ਵਿੱਚ ਜੋ ਰਸ ਹੈ ਉਹ ਮਾਰਨ ਵਿੱਚ ਨਹੀਂ। ਸ਼ਾਇਦ ਹੁਣ ਸਾਲ ਦੋ ਸਾਲ ਹੈ ਨਾ ਇਹ ਚੀਜ਼ ਜਿਹੜਾ ਵਿਰੋਧ ਹੈਗਾ ਉਹ ਝੱਲਣਾ ਪੈ ਸਕਦਾ ਹੈ ਨਾ, ਪਰ ਜਦੋਂ ਮੈਨੂੰ ਲੱਗਦਾ ਕਿ ਜਿਹੜਾ ਇਹ ਡਾਕੂਮੈਂਟ ਮੈਂ ਤਿਆਰ ਕੀਤਾ, ਜਿਹੜੀ ਇਹ ਕਿਤਾਬ ਤਿਆਰ ਕੀਤੀ ਹੈ, ਅੱਜ ਤੋਂ 50 ਸਾਲ ਬਾਅਦ ਜਾਂ 100 ਸਾਲ ਬਾਅਦ ਜਦੋਂ ਕੋਈ ਬੰਦਾ ਸਿੱਧੂ ਬਾਰੇ ਜਾਣਨਾ ਚਾਹੂਗਾ ਤਾਂ ਉਹਨੂੰ ਇਹ ਕਿਤਾਬ ਦਾ ਸਹਾਰਾ ਲੈਣਾ ਪਊਗਾ ਕਿ ਸਿੱਧੂ ਕਿਹੋ ਜਿਹਾ ਬੰਦਾ ਸੀ। ਕਹਿੰਦੇ ਆ ਕਿ ਕਿਤਾਬ ਉਹ ਵੱਡੀ ਹੁੰਦੀ ਹੈ ਜਿਹੜੀ ਲੇਖਕ ਦੇ ਮਰ ਜਾਣ ਤੋਂ ਬਾਅਦ ਵੀ ਉਵੇਂ ਤੁਰਦੀ ਰਹੇ, ਕਿਉਂਕਿ ਜਦੋਂ ਲੇਖਕ ਜਿਉਂਦਾ ਉਦੋਂ ਤਾਂ ਪ੍ਰਮੋਟ ਕਰ ਦਿੰਦਾ, ਲੋਕਾਂ ਨੂੰ ਦੱਸਦਾ ਜੀ। ਕਿਤਾਬ ਉਹੀ ਵੱਡੀ ਹੈ ਜਿਹੜੀ ਲੋਕ ਉਦੋਂ ਵੀ ਮੰਗਦੇ ਰਹਿਣ ਜਦੋਂ ਲੇਖਕ ਨਾ ਹੋਵੇ। ਮੈਂ ਪਿਛਲੇ 2 ਸਾਲ 'ਚ 3 ਮਹੀਨਿਆਂ ਦੇ ਵਿੱਚ ਇਹ ਕਿਤਾਬ 'ਤੇ ਬਹੁਤ ਮਿਹਨਤ ਕੀਤੀ ਹੈ ਕਿ ਕਿਤੇ ਕੋਈ ਊਚ ਨੀਚ ਨਾ ਹੋ ਜਾਵੇ। ਪਰ ਹਾਂ, ਜਿਹੜੀ ਗੱਲ ਤੁਸੀਂ ਕਹੀਏ ਵਿਰੋਧ, ਜਦੋਂ ਤੁਸੀਂ ਕੰਮ ਕਰਦੇ ਹੋ ਅਤੇ ਇਹੋ ਜਿਹਾ ਕੰਮ ਕਰਦੇ ਹੋ ਜਿਹੜਾ ਤੁਹਾਡੇ ਵਾਸਤੇ ਚੈਲੰਜ ਲੈ ਕੇ ਆਉਂਦਾ, ਖਤਰੇ ਲੈ ਕੇ ਆਉਂਦਾ ਹੈ ਨਾ, ਉਦੋਂ ਵਿਰੋਧ ਸੁਭਾਵਿਕ ਜੀ ਗੱਲ ਹੁੰਦੀ ਹੈਗੀ ਬਈ। ਅਤੇ ਇਹ ਹੁੰਦਾ ਕਿ ਲੋਕਾਂ ਦਾ ਜਿਵੇਂ ਨਰਿੰਦਰ ਕਪੂਰ ਦੱਸਦਾ ਕਿ ਲੋਕ ਜਾਂ ਫਿਰ ਵੱਟੇ ਮਾਰਦੇ ਹੁੰਦੇ ਜਾਂ ਫਿਰ ਤਾੜੀਆਂ ਮਾਰਦੇ ਹੁੰਦੇ, ਡਰ ਵੀ ਹੁੰਦਾ ਕਿਤੇ ਨਾ ਕਿਤੇ ਆਮ ਘਰਾਂ ਦੇ ਬੱਚੇ ਆਪਾਂ ਕੋਈ ਡਰ ਇਸ ਤਰ੍ਹਾਂ ਦਾ। ਹਾਂ, ਪਰ ਇਹ ਵੀ ਹੁੰਦਾ ਕਿ ਜ਼ਿੰਦਗੀ ਗੁੰਮਨਾਮ ਮਿਲਦੀਆਂ ਹੋਣਗੀਆਂ ਤੁਹਾਨੂੰ ਹੁਣ ਵੀ। ਤੁਸੀਂ ਇਹ ਹੁੰਦਾ ਕਿ ਬਾਈ ਤੁਸੀਂ ਜੰਮੇ ਹੋ, ਖਾਣ ਪੀਣ ਤੁਹਾਡਾ ਠੀਕ ਹੈ, ਪਰ ਕੁਦਰਤੀ ਤੁਹਾਨੂੰ ਤੌਰ 'ਤੇ ਤੁਹਾਨੂੰ ਮਤਲਬ ਕਿ ਵਧੀਆ ਜਾਇਦਾਦਾਂ ਮਿਲ ਗਈਆਂ, ਵਧੀਆ ਪਰਿਵਾਰ ਆ, ਸਾਰਾ ਕੁਛ ਠੀਕ ਹੈ ਨਾ, ਅਤੇ ਉਸੇ ਮਤਲਬ ਕਿ ਪਦਾਰਥਾਂ ਦੇ ਵਿੱਚ ਤੁਸੀਂ ਰਹਿੰਦੇ, ਜ਼ਿੰਦਗੀ ਬਤੀਤ ਕਰ ਰਹੇ ਹੋ, ਬਤੀਤ ਕਰ ਰਹੇ ਹੋ, ਜਵਾਨੀ ਆ ਗਈ, ਬੁਢਾਪਾ ਆ ਗਿਆ, ਬੱਚੇ ਹੋ ਗਏ, ਤੁਸੀਂ ਮਰ ਗਏ ਹੈ ਨਾ। ਇੱਕ ਤਾਂ ਇਹ ਜ਼ਿੰਦਗੀ ਹੈ ਜਿਹੜੀ ਬੜੀ ਆਰਾਮਦਾਇਕ ਹੈ, ਇੱਕ ਜ਼ਿੰਦਗੀ ਉਹ ਹੁੰਦੀ ਹੈ ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਕੁਛ ਕਰਨਾ ਹੁੰਦਾ ਹੈ ਕਿ ਤੁਹਾਡੇ ਤੁਰ ਜਾਣ ਦੇ ਬਾਅਦ ਵੀ ਲੋਕ ਤੁਹਾਨੂੰ ਯਾਦ ਰੱਖਣ, ਕਿ ਤੁਹਾਡੇ ਕੁਛ ਮਕਸਦ ਹੁੰਦੇ ਨੇ ਕਿ ਤੁਸੀਂ ਗੁੰਮਨਾਮ ਨਹੀਂ ਮਰਨਾ ਹੁੰਦਾ ਹੈ ਨਾ। ਜਿਹੜੀ ਗੁੰਮਨਾਮੀ ਦੀ ਜ਼ਿੰਦਗੀ ਹੈਗੀ ਉਹ ਬੜੀ ਖਤਰਨਾਕ ਹੁੰਦੀ ਹੈ, ਜਦੋਂ ਤੁਹਾਨੂੰ ਇਹ ਸਮਝ ਹੋਵੇ ਕਿ ਮੈਂ ਇਹ ਕੰਮ ਦੇ ਯੋਗ ਸੀ, ਮੈਨੂੰ ਪਤਾ ਕਿ ਮੇਰੇ ਵਾਸਤੇ ਬਹੁਤ ਰਿਸਕੀ ਕੰਮ ਸੀਗਾ ਪਰ ਮੈਂ ਕੀਤਾ ਹੈ ਨਾ। ਵਿੱਚ ਦੀ ਤੁਸੀਂ ਰੁਕ ਵੀ ਗਏ ਸੀ ਇੱਕ ਵਾਰ, ਆਪਣੀ ਗੱਲ ਹੋਈ ਸੀ ਕਿ ਮੈਂ ਸੋਚ ਰਿਹਾ ਕਰਾਂ ਕਿ ਨਾ ਕਰਾਂ, ਅੱਧ ਵਿਚਾਲੇ ਕੰਮ ਲਟਕਿਆ ਹੋਇਆ। ਕਈ ਵਾਰ ਇਹ ਹੋ ਜਾਂਦਾ ਨਾ, ਪਰ ਪਰਿਵਾਰ ਦਾ ਮੋਹ ਹੋ ਜਾਂਦਾ, ਮਤਲਬ ਕਿ ਉਦੋਂ ਡਰ ਲੱਗਦਾ ਯਾਰ। ਉਹੀ ਗੱਲ ਮੈਂ ਕਹ ਰਿਹਾ ਵੀ ਤੁਸੀਂ ਆਪਣੇ ਤੌਰ ਤੇ ਕਰ ਸਕਦੇ ਆ, ਪਰਿਵਾਰ ਤੁਹਾਡਾ ਇੱਕ ਹੈ। ਹਾਂ ਬਿਲਕੁਲ, ਉਹ ਚੀਜ਼ਾਂ ਮਤਲਬ ਕਿ ਸਾਰੀਆਂ ਚੀਜ਼ਾਂ ਮਾਈਂਡ ਦੇ ਵਿੱਚ ਚੱਲਦੀਆਂ ਹੁੰਦੀਆਂ ਨੇ ਬਈ ਹੈ ਨਾ, ਪਰ ਸੀ ਕਿ ਮਤਲਬ ਕਿ ਜੇ ਨਾ ਕਰਦਾ ਤਾਂ ਫਿਰ ਇਹ ਸੀ ਕਿ ਸਾਰੀ ਉਮਰ ਇਹ ਸੋਚ ਸੋਚ ਕੇ ਮਰਨਾ ਪੈਂਦਾ ਕਿ ਪਰਮਾਤਮਾ ਨੇ ਕਲਮ ਵੀ ਬਖਸ਼ੀ ਸੀ ਅਤੇ ਪਰਮਾਤਮਾ ਨੇ ਕਿਸੇ ਕਰੈਕਟਰ ਦੇ ਬਾਰੇ ਲਿਖਣ ਦੀ ਜਾਣਕਾਰੀ ਵੀ ਦੇ ਦਿੱਤੀ ਕਿ ਇਹ ਕਰੈਕਟਰ ਜਿਹਦਾ ਮੈਂ ਸੂਤਰਧਾਰ ਹਾਂ, ਜਿਹਦੀ ਜ਼ਿੰਦਗੀ ਦਾ ਸੂਤਰਧਾਰ, ਜਿਹਨੂੰ ਵੇਖਿਆ, ਜਿਹਨੂੰ ਸਮਝਿਆ ਹੈ ਨਾ, ਜਿਹਦੇ ਬਾਰੇ ਮੈਂ ਸਾਰੀਆਂ ਜਾਣਕਾਰੀਆਂ ਵੀ ਇਕੱਠੀਆਂ ਕਰ ਲਈਆਂ, ਪਰ ਫਿਰ ਵੀ ਇਹ ਗੱਲ ਦੇ ਡਰਦਿਆਂ ਕਿ ਕਿਧਰੇ ਕੋਈ ਮੇਰੇ ਵਾਸਤੇ ਖਤਰਾ ਨਾ ਪੈਦਾ ਹੋ ਜਾਵੇ ਹੈ ਨਾ, ਕੋਈ ਮੈਨੂੰ ਮਾਰ ਨਾ ਦੇਵੇ, ਇਹ ਗੱਲ ਕਰਕੇ ਮੈਂ ਕਿਤਾਬ ਨਹੀਂ ਲਿਖੀ ਹੈ ਨਾ, ਜੋ ਫਿਰ ਉਹ ਰੋਜ਼ ਰੋਜ਼ ਮਰਨਾ ਹੁੰਦਾ। ਤਾਂ ਕਰਕੇ ਸੀ ਕਿ ਕੰਮ ਕਰਨਾ ਹੀ ਕਰਨਾ, ਬੇਸ਼ੱਕ ਜੋ ਮਰਜ਼ੀ ਹੋ ਜਾਵੇ। ਅਤੇ ਕਿਤਾਬ ਹੁਣ ਲੋਕਾਂ ਦੇ ਸਾਹਮਣੇ ਆ, ਵਿਰੋਧ ਵੀ ਹੋ ਰਿਹਾ, ਪਰ ਜੋ ਜੋ ਲੋਕ ਪੜ੍ਹ ਰਹੇ ਨੇ ਉਹ ਫੋਨ ਕਰਕੇ ਇਹ ਵੀ ਕਹਿ ਰਹੇ ਨੇ ਕਿ ਵੀ ਅਸੀਂ ਤਾਂ ਭਰਮ ਭੁਲੇਖੇ 'ਚ ਹੀ ਤੁਰੇ ਫਿਰਦੇ ਸੀ ਕਿ
ਸਿੱਧੂ ਨੇ ਕਿਸੇ ਸਟੇਜ ਦੇ ਉੱਪਰ ਜਾ ਕੇ ਥਾਪੀ ਮਾਰੀ ਕਿ ਦੱਸ ਕਿਹਦਾ ਕੰਡਾ ਕੱਢਣਾ, ਜੱਟ ਜਮਾਨਤ ਤੇ ਆਇਆ ਹੋਇਆ ਹੈ। ਸੁਣਨ ਦੇ ਵਿੱਚ ਇਹ ਕਿੰਨੀ ਹੰਕਾਰੀ ਤੇ ਹੋਸ਼ੀ ਗੱਲ ਹੈ ਜੀ, ਪਰ ਜਦੋਂ ਇਹਦੇ ਪਿੱਛੇ ਦੀ ਕਹਾਣੀ ਪੜੋਂਗੇ ਕਿ ਦਿੜਬੇ ਸ਼ੋਅ ਤੇ ਮਾਰੀਏ ਥਾਪੀ ਦੇ ਪਿੱਛੇ ਕਿੰਨਾ ਸਟਰਗਲ ਹੈ, ਤੇ ਉਦੋਂ ਇੱਕ ਮਹੀਨੇ ਦੇ ਵਿੱਚ ਉਦੋਂ ਪਿੱਛੇ ਇੱਕ ਮਹੀਨੇ ਦੇ ਵਿੱਚ ਜਦੋਂ ਸ਼ੋਅ ਬੁੱਕ ਹੁੰਦਾ ਹੈ ਤੇ ਉਸ ਸਟੇਜ ਤੱਕ ਸਿੱਧੂ ਕਿਵੇਂ ਪਹੁੰਚਿਆ। ਜਿਹੜੇ ਪੁਰਾਣੇ ਸਿੰਗਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਮਾਨ ਸਾਹਿਬ ਦੀ ਗੱਲ ਕਰੀਏ ਜਾਂ ਬੱਬੂ ਮਾਨ ਦੀ ਗੱਲ ਕਰੀਏ। ਹਾਂ ਹਾਂ ਬਿਲਕੁਲ, ਤੇ ਵੀ ਪ੍ਰਸ਼ਾਸਨ ਹੋ ਗਿਆ, ਕੁਛ ਜਿਹੜੀਆਂ ਵੀ ਚੀਜ਼ਾਂ ਸੀ, ਪੋਲੀਟੀਕਲ ਲੀਡਰ ਹੋ ਗਏ, ਹਨਾ, ਸਭ ਨੇ ਮਤਲਬ ਕਿ ਕੋਸ਼ਿਸ਼ ਕੀਤੀ ਕਿ ਉਹ ਉਸ ਸਟੇਜ 'ਤੇ ਨਾ ਪਹੁੰਚ ਸਕੇ, ਕਿਉਂਕਿ ਉਹ ਸਟੇਜ ਆ ਜਿਹੜੀ ਉਹ ਲੋਕਾਂ ਦੀ ਸਟੇਜ ਰਹੀ ਹੈ, ਉਹ ਵੱਡੇ ਸਿੰਗਰਾਂ ਦੀ ਸਟੇਜ ਰਹੀ ਹੈ ਜਿਹੜੇ ਇੰਡਸਟਰੀ ਦੇ ਬਾਦਸ਼ਾਹ ਨੇ ਜੀ, ਹਨਾ ਜੀ। ਬੇਸ਼ੱਕ ਗੁਰਦਾਸ ਮਾਨ ਸਾਹਿਬ ਲਾ ਲਓ, ਬੱਬੂ ਮਾਨ ਸਾਹਿਬ ਲਾ ਲਓ, ਜਿਨ੍ਹਾਂ ਕੋਲ ਸਟੇਜ ਰਹੀ ਹੈ ਉਸਨੂੰ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਸਿੰਗਰ ਮੰਨਿਆ ਜਾਂਦਾ ਰਿਹਾ, ਅਤੇ ਕਈਆਂ ਨੂੰ ਉਹ ਸਟੇਜਾਂ ਤੱਕ ਪਹੁੰਚਣ 'ਤੇ 30-30 ਸਾਲ ਦਾ ਸਫ਼ਰ ਲੱਗਿਆ, ਅਤੇ ਕਿਸੇ ਮੂਸੇ ਦੇ ਪੁੱਤ ਨੂੰ ਉਸ ਸਟੇਜ 'ਤੇ ਪਹੁੰਚਣ ਲਈ ਸਿਰਫ 2 ਸਾਲ ਲੱਗੇ। ਜਿਵੇਂ ਤੁਹਾਡਾ ਮੈਂ ਸਾਰਾ ਦੇਖਦਾ, ਤੁਹਾਨੂੰ ਵਾਚ ਕਰਦੇ ਰਹੇ ਨੇ ਅਕਸਰ, ਪਰਿਵਾਰ ਦੇ ਨਾਲ ਜਿਵੇਂ ਨੇੜਲੇ ਰਹੇ ਹੋ ਤੁਸੀਂ, ਅੱਜ ਇਹ ਕਿਤਾਬ ਕਰਕੇ ਵਿਰੋਧ ਹੋ ਰਿਹਾ, ਨਹੀਂ ਤਾਂ ਬਹੁਤੇ ਸਾਰੇ ਮਿੱਤਰ ਤਾਂ ਪਾਸੇ ਹੀ ਚਲੇ ਗਏ ਸੀ ਸਿੱਧੂ ਦੇ, ਮਿੱਤਰਤਾ ਜਿਹੜੀ ਘਟਦੀ ਗਈ। ਮਨਜਿੰਦਰ ਮਾਖਾ ਤਾਂ ਜਲੰਧਰ ਵੇਲੇ ਵੀ ਸਟੇਜ ਤੋਂ ਸਪੀਚਾਂ ਕਰਦਾ ਰਿਹਾ, ਕੈਂਡਲ ਮਾਰਚ 'ਚ ਵੀ ਜਾ ਕੇ ਸਪੀਚਾਂ ਕਰਦਾ ਰਿਹਾ। ਇਹ ਬਾਈ ਇਹ ਕੋਈ ਇਹ ਨਹੀਂ ਕਹਿ ਸਕਦਾ ਕਿ ਕੋਈ ਆਸਾਨ ਵਾਲੀ ਗੱਲ ਆ, ਹੈ ਨਾ। ਅਤੇ ਜਦੋਂ ਕੋਈ ਤੁਹਾਡਾ ਮਿੱਤਰ ਪਿਆਰਾ ਦੁਨੀਆ ਤੋਂ ਚੱਲ ਜਾਂਦਾ ਅਤੇ ਤੁਹਾਨੂੰ ਪਤਾ ਹੁੰਦਾ ਕਿ ਯਾਰ ਫਲਾਨੇ ਫਲਾਨੀਆਂ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ ਉਹ ਗਲਤ ਨੇ, ਹੈ ਨਾ, ਅਤੇ ਉਦੋਂ ਇਹ ਹੁੰਦਾ ਹੀ ਹੈ ਕਿ ਫਰਜ਼ ਦੇ ਤੌਰ 'ਤੇ ਹੁੰਦਾ ਕਿ ਅਸੀਂ, ਸਾਨੂੰ ਪਤਾ ਵੀ ਸੀ, ਸਾਨੂੰ ਮਤਲਬ ਕਿ ਪ੍ਰਸ਼ਾਸਨ ਨੇ ਕਿਹਾ ਵੀ ਸੀ ਇਹ ਗੱਲ ਕਿ ਜੇ ਤੁਸੀਂ ਕੱਲ੍ਹ ਨੂੰ ਜਲੰਧਰ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਤੁਸੀਂ ਪੋਲੀਟੀਕਲੀ ਤੁਹਾਡਾ ਪ੍ਰੈਸ਼ਰ ਬਣਿਆ ਪਿਆ ਸਰਕਾਰਾਂ ਦੇ ਉੱਪਰ ਉਹ ਡਾਊਨ ਹੋ ਜੂਗਾ, ਅਤੇ ਜੇ ਤੁਸੀਂ ਇਲੈਕਸ਼ਨ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤ ਗਈ ਅਤੇ ਜਿਹੜਾ ਤੁਹਾਡਾ ਸਕੰਜਾ ਹੈਗਾ ਉਹ ਮੁੱਠੀ ਖੁੱਲ੍ਹ ਜੂਗੀ, ਕਿ ਮਤਲਬ ਕਿ ਲੋਕਾਂ ਨੂੰ ਇਹ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਿੱਧੂ ਮੂਸੇਵਾਲ ਦੀ ਡੈਥ ਹੋਈ ਹੈ, ਉਹਨਾਂ ਨੇ ਫਿਰ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਵਿੱਚ ਜਿਤਾਤਾ, ਹੈ ਨਾ। ਪਰ ਇਹ ਸੀ ਕਿ ਪਰਿਵਾਰ ਦੇ ਨਾਲ ਸਟੇਜਾਂ ਦੇ ਉੱਪਰ ਮਤਲਬ ਕਿ ਬੋਲੇ, ਇੰਟੈਲੀਜੈਂਸ ਦੀ ਨਿਗਾਹ ਦੇ ਵਿੱਚ ਆਏ, ਇੰਟੈਲੀਜੈਂਸ ਨੇ ਸੰਪਰਕ ਕੀਤਾ ਪਰਿਵਾਰ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਕਿ ਉਹ ਮੁੰਡਾ ਜਿਹੜਾ ਬਹੁਤ ਗਰਮ ਬੋਲ ਰਿਹਾ ਸਰਕਾਰਾਂ ਦੇ ਖਿਲਾਫ਼, ਉਹ ਬੰਦਾ ਜਿਹੜਾ ਬਲਤੇਜ ਪੰਨੂ ਦੇ ਖਿਲਾਫ਼ ਬਹੁਤ ਮਤਲਬ ਕਿ ਸਰਗਰਮ ਹੋ ਕੇ ਬੋਲ ਰਿਹਾ, ਉਹਦੀ ਸਿਕਿਉਰਿਟੀ ਇਸ਼ੂ 'ਤੇ, ਸਿਕਿਉਰਿਟੀ ਲੀਕ ਹੋਣ ਬਾਰੇ ਜਿਹਨੇ ਮਤਲਬ ਕਿ ਬੇਬਾਕੀ ਦੇ ਨਾਲ ਗੱਲ ਕੀਤੀ ਹੈ, ਉਹਦੀ ਜਾਂਚ ਪੜਤਾਲ ਕਰੋ ਜੀ, ਹੈ ਨਾ। ਪਰਿਵਾਰ ਤੱਕ ਵੀ ਸੰਪਰਕ ਕੀਤਾ ਗਿਆ। ਮੈਂ ਇਹ ਗੱਲ ਕਹਿਣਾ ਕਿ ਅਸੀਂ ਕਦੇ ਮਤਲਬ ਕਿ ਮੈਂ ਹੁਣ ਵੀ ਇਹ ਗੱਲ ਕਹਿਣਾ ਕਿ ਜਿਹੜੇ ਮਾਂ ਪਿਓ ਆ, ਮਾਂ ਪਿਓ ਤੋਂ ਵੱਡਾ ਦੁੱਖ ਸਿੱਧੂ ਦੇ ਤੁਰ ਜਾਣ ਦਾ ਕਿਸੇ ਨੂੰ ਨਹੀਂ ਜੀ। ਦੁਨੀਆ ਲਾਹੇ ਲੈ ਕੇ ਤੁਰਦੀ ਰਹੀ ਹੈ, ਹੈ ਨਾ। ਪਰ ਮੈਂ ਜਿਹੜਾ ਕੰਮ ਹੈਪੀ ਬਾਈ ਮੈਂ ਕੀਤਾ, ਉਹ ਇੱਕ ਦੋਸਤ ਦੇ ਤੌਰ 'ਤੇ, ਇੱਕ ਲੇਖਕ ਦੇ ਤੌਰ 'ਤੇ ਮੈਂ ਇਹ ਕੀਤਾ ਕਿ ਮੈਂ ਇਹ ਚਾਹੁੰਦਾ ਕਿ ਲੋਕ ਸਿੱਧੂ ਨੂੰ, ਕਈ ਲੋਕਾਂ ਨੇ ਨਾ ਸਿੱਧੂ ਨੂੰ ਮਤਲਬ ਕਿ ਰੱਬ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਸਿੱਧੂ ਦੇ ਜਾਣ ਤੋਂ ਬਾਅਦ ਹੋਰ ਹੀ ਤਰ੍ਹਾਂ ਨਾਲ ਪੇਸ਼ ਕਰਨ ਦੀ, ਉਹਨੂੰ ਪੂਜਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਚਾਹੁੰਦਾ ਕਿ ਤੁਸੀਂ ਸਿੱਧੂ ਨੂੰ ਇੱਕ ਆਰਟਿਸਟ ਅਤੇ ਇੱਕ ਐਸਾ ਮਨੁੱਖ, ਜਿਹੜੇ ਮਨੁੱਖ ਨੇ ਯੂਥ ਨੂੰ ਖੇਤਾਂ ਤੱਕ ਲੈ ਕੇ ਆਉਂਦਾ, ਟਰੈਕਟਰਾਂ ਦਾ ਸ਼ੌਂਕ ਪਾ ਦਿੱਤਾ, ਹੈ ਨਾ, ਉਹਦੇ ਸਫ਼ਰ ਬਾਰੇ ਜਾਣੋ, ਹੈ ਨਾ। ਇੱਕ ਬੰਦੇ ਦੇ ਵਿੱਚ ਜਦੋਂ ਉਹ ਆਰਟਿਸਟ ਹੈ, ਕਾਮਯਾਬ ਹੈ, ਉਹਦੇ ਵਿੱਚ ਕਮੀਆਂ ਵੀ ਹੋਣਗੀਆਂ ਅਤੇ ਉਹਦੇ ਵਿੱਚ ਖੂਬੀਆਂ ਵੀ ਹੋਣਗੀਆਂ, ਹੈ ਨਾ। ਖੂਬੀਆਂ ਬਾਰੇ ਸਾਰੇ ਲੋਕ ਚਰਚਾ ਕਰਨਗੇ, ਕਿਉਂਕਿ ਉਹਦੇ ਵਿੱਚ ਵਿਰੋਧ ਨਹੀਂ,
ਕਮੀਆਂ ਬਾਰੇ ਨਹੀਂ ਕੋਈ ਕਰੂਗਾ, ਕੋਈ ਬੰਦਾ ਇਹ ਨਹੀਂ ਦੱਸੂਗਾ ਕਿ ਇੱਕ ਆਰਟਿਸਟ ਦੀ ਜ਼ਿੰਦਗੀ ਕਿੰਨੀ ਔਖੀ ਹੈ, ਹਨਾ, ਤੇ ਉਹਦੀ ਮਤਲਬ ਵਿਚਾਰਧਾਰਾ ਕੀ। ਹੁਣ ਜਿਵੇਂ ਵਿਚਾਰਧਾਰਾ ਬਾਰੇ ਖੁੱਲ੍ਹ ਕੇ ਆਪਦੇ ਬਿਆਨ ਪੇਸ਼ ਕੀਤੇ ਨੇ ਕਿ ਉਹਦੀ ਜਿਹੜੀ ਵਿਚਾਰਧਾਰਾ ਉਹਦੇ ਵਿੱਚ ਸਟੈਬਿਲਿਟੀ ਨਹੀਂ ਸੀਗੀ, ਹਨਾ, ਕਦੇ ਉਹ ਕਾਂਗਰਸ 'ਚ ਜਾਂਦਾ ਹੈ, ਕਦੇ ਉਹ ਪੰਥਕ ਹੋ ਜਾਂਦਾ ਹੈ, ਕਦੇ ਫਿਰ ਉਹ ਸਿਮਰਜੀਤ ਮਾਨ ਨੂੰ ਸਪੋਰਟ ਕਰ ਦਿੰਦਾ ਹੈ, ਹਨਾ, ਪਾਸ਼ ਨੂੰ ਵੀ ਪੰਥਕ ਸੀ, ਪੰਥਕ ਤੁਸੀਂ ਇਹ ਕਹਿ ਸਕਦੇ, ਹਾਂ ਪੰਥਕ ਸੀ, ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਪੰਥਕ ਸੀਗਾ, ਕਿਉਂਕਿ ਪਰਪੱਕਤਾ ਹੁੰਦੀ ਹੈ ਇੱਕ ਵਿਚਾਰਾਂ ਦੀ, ਵੀ ਬੰਦਾ ਪਰਪੱਕ ਹੈ ਇਸ ਵਿਚਾਰਾਂ ਦੇ ਪ੍ਰਤੀ। ਨਹੀਂ, ਉਹ ਕੱਚਾਪਣ ਸੀਗਾ ਜਦੋਂ, ਮਤਲਬ ਕਿ ਤੁਸੀਂ ਬਚਪਨ ਤੋਂ ਜਵਾਨੀ ਵੱਲ ਆਉਂਦੇ ਹੋ, ਜਿਵੇਂ ਜਿਵੇਂ ਤੁਹਾਡਾ ਅਗਰੈਸ਼ਨ ਵੱਧਦਾ ਹੈ, ਪੰਜਾਬ ਦਾ ਜਿਹੜਾ ਯੂਥ ਹੈ ਉਹ ਇੱਕ ਵਾਰੀ ਜੋ 1984 ਦੇ ਵਿੱਚ ਪੰਜਾਬ ਦੇ ਨਾਲ ਵਾਪਰਿਆ ਉਹਦੇ ਨਾਲ ਜੁੜਦਾ ਹੀ ਜੁੜਦਾ ਹੈ। ਇੱਕ ਵਾਰੀ ਉਹ ਸੰਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੀ ਕਰਦਾ, ਸੰਤ ਭਿੰਡਰ ਵਾਲਿਆਂ ਨੂੰ, ਠੀਕ ਹੈ, ਫਿਰ ਉਹ ਜਿਹੜਾ ਐਗਰੈਸ਼ਨ ਹੈਗਾ, ਹਨਾ, ਉਹਨੂੰ ਤੁਸੀਂ ਜੇ ਸਮਝ ਰਹੇ ਹੋ ਕਿ ਉਹ ਪੰਥਕ ਹੈ, ਪੰਥਕ ਲੀਡਰ ਲੀਡਰ ਹੈ, ਉਹ ਸਿਰਫ ਐਗਰੈਸ਼ਨ ਹੈਗਾ, ਤੁਹਾਡੇ ਵਿਚਾਰ ਨੇ, ਤੁਹਾਡਾ ਮਤਲਬ ਕਿ ਇੱਕ ਗੁੱਸਾ ਹੈਗਾ ਸਰਕਾਰ ਪ੍ਰਤੀ ਕਿ ਸਰਕਾਰ ਨੇ ਸਾਡੇ ਬੰਦਿਆਂ ਦੇ ਨਾਲ ਐਵੇਂ ਐਵੇਂ ਕੀਤਾ, ਸਰਕਾਰ ਨੇ ਅਕਾਲ ਤਖ਼ਤ ਸਾਹਿਬ ਢਾਇਆ। ਪਰ ਜੇ ਤੁਸੀਂ ਜਦੋਂ ਉਹ ਟਾਈਮ ਆਉਂਦਾ ਜਦੋਂ ਇਹ ਚੀਜ਼ ਪਰਖੀ ਜਾਣੀ ਹੁੰਦੀ ਹੈ, ਉਦੋਂ ਦੇਖਣਾ ਹੁੰਦਾ ਕਿ ਕੌਣ ਕਿੱਥੇ ਮਤਲਬ ਕਿ ਖੜ ਰਿਹਾ ਹੈ ਜਾਂ ਨਹੀਂ ਖੜ ਰਿਹਾ ਆਪਦੇ ਵਿਚਾਰ ਦੇ ਉੱਪਰ, ਹਨਾ। ਹੁਣ ਸਿੱਧੂ ਨੂੰ, ਸਿੱਧੂ ਦੇ ਮਰਨ ਤੋਂ 2 ਦਿਨ ਪਹਿਲਾਂ ਤੱਕ ਵੀ ਉਹਨੂੰ ਕਿਸੇ ਨੇ ਪੰਥਕ ਨਹੀਂ ਕਿਹਾ, ਉਸ ਤੋਂ ਬਾਅਦ ਕਿਹਾ ਗਿਆ। ਜਦੋਂ ਸਿੱਧੂ ਦੀ ਡੈਥ ਹੁੰਦੀ ਹੈ ਉਦੋਂ ਬਾਅਦ ਉਹਨੂੰ ਪੰਥਕ ਕਿਹਾ ਗਿਆ, ਪੰਥਕ ਲੀਡਰ ਵੀ ਕਿਹਾ ਗਿਆ। ਤਸਵੀਰਾਂ ਵੀ ਬਹੁਤ ਤਸਵੀਰਾਂ ਤੇ ਨਜ਼ਰ ਆਉਂਦੀਆਂ ਨੇ ਦੀਪ ਸਿੱਧੂ ਦੇ ਨਾਲ, ਸੰਤਾਂ ਦੇ ਨਾਲ ਤਸਵੀਰਾਂ ਵੀ ਨਜ਼ਰ ਆਉਂਦੀਆਂ ਨੇ, ਹਨਾ। ਪਰ ਤੁਹਾਨੂੰ ਮਤਲਬ ਕਿ ਇਹ ਗੱਲ ਵਿਚਾਰਨੀ ਪਊਗੀ ਕਿ ਜਿਹੜਾ ਪੂਰੀ ਜਰਨੀ ਹੈ, ਪੂਰੀ ਜਰਨੀ ਦੇ ਵਿੱਚ ਉਹਦੀ ਜਿਹੜੀ ਵਿਚਾਰਧਾਰਾ ਉਹਦੇ ਵਿੱਚ ਕਿੰਨੀ ਕੁ ਸਟੇਬਿਲਿਟੀ ਹੈਗੀ ਹੈਗੀ। ਜੇ ਤੁਸੀਂ ਸਿਰਫ ਇਸ ਗੱਲ ਕਰਕੇ ਕਿ ਪੰਜਾਬ ਗਾਣਾ, SYL ਗਾਣਾ ਜਾਂ ਸਕੇਪ ਗੋਟ ਗਾਣਾ, ਉਹਦੇ ਕਰਕੇ ਤੁਸੀਂ ਮਤਲਬ ਕਿ ਉਸਦੇ ਵਿੱਚ ਇੱਕ ਲੀਡਰ ਭਾਲ ਰਹੇ ਹੋਗੇ, ਕਿਉਂਕਿ ਲੀਡਰ ਸੁਭਾਵਨਾਵਾਂ ਸੀ ਜਿਵੇਂ ਆਖਰੀ ਸਮੇਂ 'ਚ ਮਤਲਬ ਲੱਗਦਾ ਸੀ ਕਿ ਹਜੇ ਉਮਰ ਵਰਤ ਸਕਦਾ ਉੱਧਰ। ਉਮਰ ਬਹੁਤ ਕੱਚੀ ਸੀ ਬਈ ਜਿਵੇਂ ਜਿਵੇਂ ਵੱਡਾ ਹੁੰਦਾ, ਕਿਉਂਕਿ ਇਹ ਸੀ ਨਾ ਕਿ ਜਾਣਦਾ ਤਾਂ ਉਹ ਸੀਗਾ ਨਾ ਇਤਿਹਾਸ ਬਾਰੇ, ਮਤਲਬ ਕਿ ਉਹਨੂੰ ਪਤਾ ਤਾਂ ਲੱਗ ਗਿਆ ਸੀ ਨਾ, ਉਹ ਬਲਵੀਰ ਸਿੰਘ ਭਰਪੂਰ ਦੀਆਂ ਸਪੀਚਾਂ, ਸੁਖਜਿੰਦਰ ਸਿੰਘ ਖਹਿਰੇ ਦੀਆਂ ਸਪੀਚਾਂ, ਜਾਂ ਹੋਰ ਜਿਹੜੇ ਖਾੜਕੂ ਸਿੰਘ ਸੀਗੇ, ਜਾਂ ਫਿਰ ਅਵਤਾਰ ਵਰਮਾ ਦੀ ਵੱਡੀ ਤਸਵੀਰ ਆਪਦੇ ਡਰਾਇੰਗ ਰੂਮ ਵਿੱਚ ਲਾਉਣ ਦੀ ਗੱਲ, ਹਨਾ। ਜਦੋਂ ਵਾਪਸ ਸਿਮਰਜੀਤ ਮਾਨ ਵੱਲ ਨੂੰ ਪਰਤਦਾ ਤਾਂ ਸੰਭਾਵਨਾਵਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਪੰਥਕ ਛਵੀ ਦੇ ਵਿੱਚ ਉਹ ਉੱਭਰ ਸਕਦਾ ਸੀਗਾ, ਅਤੇ ਜਿਹਦੀਆਂ ਸੰਭਾਵਨਾਵਾਂ ਅਸੀਂ ਦੇਖਦੇ ਹਾਂ ਕਿ ਜਦੋਂ ਲਾਸਟ ਟਾਈਮ ਸੀ ਤਾਂ ਬਹੁਤ ਖੁੱਲ੍ਹ ਕੇ ਖਾਲਿਸਤਾਨ ਹੋ ਗਿਆ ਜਾਂ ਕਿਸੇ ਵੀ ਚੀਜ਼ ਦੇ ਉੱਪਰ ਉਹਨੇ ਬਹੁਤ ਖੁੱਲ੍ਹ ਕੇ ਵਿਚਾਰ ਕੀਤੇ ਨੇ, ਅਤੇ ਇਹ ਵੀ ਸੱਚ ਹੈ ਕਿ ਅਖੀਰੀ ਸਮੇਂ ਉਹ ਕਾਂਗਰਸ ਤੋਂ ਮੁਨਕਰ ਹੋਣ ਲੱਗ ਗਿਆ ਸੀ। ਨਹੀਂ ਤਾਂ ਕਿਵੇਂ ਹੋ ਸਕਦਾ ਕਿ ਕਾਂਗਰਸ ਪਾਰਟੀ ਦਾ ਲੀਡਰ ਸਿਮਰਜੀਤ ਸਿੰਘ ਮਾਨ ਨੂੰ ਖੁੱਲ੍ਹੇਆਮ ਸਪੋਰਟ ਕਰਦੇ ਜਦੋਂ ਕਿ ਉਸੇ ਪਾਰਟੀ ਦਾ ਇੱਕ ਮਤਲਬ ਕਿ ਨੌਜਵਾਨ ਲੀਡਰ ਚੋਣ ਲੜ ਰਿਹਾ ਹੋਵੇ। ਜਦੋਂ ਇਲੈਕਸ਼ਨ ਸਮਾਂ ਸੀ, ਜਿਵੇਂ ਤੁਸੀਂ ਇੱਕ ਗੱਲ ਦੱਸਦੇ ਹੋ ਨੇ ਅਕਸਰ ਕਿ ਮੈਂ ਵਿਰੋਧ ਕੀਤਾ ਕਿ ਇਲੈਕਸ਼ਨ ਨਹੀਂ ਲੜਨੀ ਚਾਹੀਦੀ, ਚੋਣ ਨਹੀਂ ਲੜਨੀ ਚਾਹੀਦੀ ਗੀ, ਤੁਸੀਂ ਕਿਤੇ ਕਿ ਆਡੀਓ ਵੀ ਤੁਹਾਡੀ ਜਿਹੜੀ ਉਹਨੂੰ ਸੁਣਾ ਦਿੱਤੀ ਗਈ, ਇੰਨੀਆਂ ਵੋਟਾਂ ਨਾਲ ਤੂੰ ਤਾਂ ਹਾਰ ਜਾਏਗਾ। ਦੋ ਦੋਸਤਾਂ ਦੇ ਵਿੱਚ ਪਿਛਲੀ ਇੰਟਰਵਿਊ ਦੇ ਵਿੱਚ ਇੱਕ ਆਪਾਂ ਗੱਲ ਕੀਤੀ ਸੀ, ਉਹ ਰੀਲ ਵੀ ਬੜੀ ਚੱਲੀ ਸੀ, ਜੇ ਦੋ ਦੋਸਤਾਂ ਦੇ ਵਿੱਚ ਲੜਾਈ ਨਹੀਂ ਹੁੰਦੀ, ਤਕਰਾਰ ਨਹੀਂ ਹੁੰਦਾ, ਇਟ ਮੀਨਸ ਉਹ ਕੁਛ ਕਿਸੇ ਮਤਲਬ ਕਿ ਆਪਦੇ
ਇੰਟਰਸਟਾਂ ਕਰਕੇ ਜੁੜੇ ਹੋਏ ਨੇ ਆ, ਇੱਕ ਲਾਲਚਾਂ ਕਰਕੇ ਜੁੜੇ ਹੋਏ ਨੇ ਜੀ, ਹੈ ਨਾ। ਅਤੇ ਅਸੀਂ ਜਿਹੜੇ ਉਹਦੇ ਨਾਲ ਜੁੜੇ ਹੋਏ ਸੀਗੇ, ਅਸੀਂ ਉਹਦੇ ਨਾਲ ਪਿਆਰ ਸੀਗਾ, ਹੈ ਨਾ, ਉਹਦੇ ਨਾਲ ਦੋਸਤੀ ਸੀ, ਤਾਂ ਕਰਕੇ ਜੁੜੇ ਹੋਏ ਸੀਗੇ। ਜੇ ਇੱਕ ਦੋਸਤ ਉਹਨੂੰ ਉਹਦੀਆਂ ਕਮੀਆਂ ਨਹੀਂ ਦੱਸ ਰਿਹਾ ਤਾਂ ਇਟ ਮੀਨਸ ਕਿ ਉਹ ਦੋਸਤ ਹੀ ਨਹੀਂ ਹੈਗਾ, ਜਿਹੜੀ ਇਕੱਲੀ ਚਾਪਲੂਸੀ ਕਰ ਰਿਹਾ, ਮਹਿਮਾ ਕਰ ਰਿਹਾ। ਕਿਉਂਕਿ ਸਾਨੂੰ ਪਤਾ ਅਸੀਂ ਆਮ ਸੀ, ਉਹ ਬਹੁਤ ਵੱਡਾ ਸੀ, ਇੰਟਰਨੈਸ਼ਨਲ ਪੱਧਰ ਦਾ ਆਰਟਿਸਟ ਸੀ। ਪਰ ਜੇ ਉਹਨੂੰ ਇਹ ਕਹਿਣਾ ਕਿ ਤੂੰ ਇਲੈਕਸ਼ਨ ਲੜ ਯਾਰ, ਹੈ ਨਾ, ਕਿਸੇ ਬੰਦੇ ਨੂੰ, ਜਿਹੜਾ ਬੰਦਾ ਪੋਲੀਟੀਕਲੀ ਅਵੇਅਰ ਨਹੀਂ, ਜਿਹੜੇ ਬੰਦੇ ਨੂੰ ਪੋਲੀਟਿਕਸ ਦੀ, ਰਾਜਨੀਤੀ ਦੀ ਸਮਝ ਨਹੀਂ ਹੈਗੀ, ਉਹਨੂੰ ਇਹ, ਉਹਨੂੰ ਤਾਂ ਲੱਗਦਾ ਕਿ MLA ਬਹੁਤ ਵੱਡੀ ਚੀਜ਼ ਹੈ। ਪਰ ਸਿੱਧੂ ਮੂਸੇਵਾਲੇ ਦੇ ਮੁਕਾਬਲੇ MLA ਦੇ ਦਾ ਰੁਤਬਾ ਕੀ ਹੈ? 117 MLA, ਕਿੰਨੇ ਕੁ MLA ਦੇ ਅਸੀਂ ਨਾਂ ਜਾਣਦੇ ਹਾਂ, ਕਿੰਨੇ ਕੁ MLA ਨੂੰ ਆ ਸਰਸਾ ਤੁਸੀਂ ਟੱਪ ਜਾਓ, ਇੱਧਰ ਢਾਣਾ ਟੱਪ ਜਾਓ, ਚੰਡੀਗੜ੍ਹ ਟੱਪ ਜਾਓ, ਕੌਣ ਕਿਸੇ MLA ਨੂੰ ਜਾਣਦਾ? ਤੁਸੀਂ ਜਾ ਕੇ ਇਹ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ, ਈਵਨ ਅਸੀਂ ਲੇਹ ਗਏ ਨਾ, ਉੱਥੇ ਵੀ ਲੋਕ ਇਹ ਕਹਿੰਦੇ ਕਿ ਸਿੱਧੂ ਮੂਸੇਵਾਲਾ, ਮਤਲਬ ਪੰਜਾਬੀ ਹੋਵੇ ਤਾਂ ਉਹਨਾਂ ਨੇ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ, ਉਹਨਾਂ ਨੇ ਮੂਹਰੋਂ ਸਮਝ ਆਵੇ ਨਾ ਆਵੇ, ਹੈ ਨਾ, ਫਿਰ ਤੁਸੀਂ ਮਤਲਬ ਕਿ ਦੁਨੀਆਂ ਦੇ ਕਿਸੇ ਕੋਨੇ 'ਚ ਵਗ ਜਾਓ, ਕਿੱਥੇ ਸਿੱਧੂ ਮੂਸੇਵਾਲਾ ਨਹੀਂ ਵੱਜ ਰਿਹਾ। ਇਹ ਬਹੁਤ ਵੱਡਾ ਮਤਲਬ ਕਿ ਸਿੱਧੂ ਦਾ ਰੁਤਬਾ ਸੀ। ਜਿਹੜੀ ਰਾਜਨੀਤੀ ਕਰਨ ਦੀ ਗੱਲ ਸੀਗੀ, ਉਹਦੇ ਕਈ ਕਾਰਨ, ਪਰ ਉਸ ਤੇ ਜਾਣ ਤੋਂ ਬਾਅਦ, ਤੁਹਾਡਾ ਇੱਕ ਸ਼ੇਅਰ ਸ਼ਾਇਦ ਤੁਸੀਂ ਲਿਖਿਆ ਹੋਇਆ ਸ਼ੇਅਰ ਹੈ ਕਿ ਮਰਨ ਤੋਂ ਬਾਅਦ ਕਿਉਂ ਅਸੀਂ ਬੰਦੇ ਨੂੰ ਜ਼ਿਆਦਾ ਯਾਦ ਕਰਨ ਲੱਗ ਜਾਂਦੇ ਹਾਂ, ਜਾਂ ਸਾਨੂੰ ਲੱਗਦਾ ਕਿ ਇਹਦਾ ਨਾਮ ਬਹੁਤ ਉੱਚਾ। ਨਹੀਂ, ਸਿੱਧੂ ਦਾ ਤਾਂ ਵਿਰੋਧ ਹੀ ਹੁੰਦਾ ਰਿਹਾ ਜਦੋਂ ਉਹ ਇੰਡਸਟਰੀ 'ਚ ਆਉਂਦਾ ਹੈ। ਇਹ ਦੀਪ ਸਿੱਧੂ ਨੇ ਵੀ ਗੱਲ ਕਹੀ ਸੀ, ਇਹ ਸਿੱਧੂ ਨੇ ਵੀ ਆਪਣੇ ਮਰਨ ਤੋਂ ਪਹਿਲਾਂ ਗੱਲ ਕਹੀ ਸੀ ਕਿ ਜੇ ਲੋਕਾਂ ਦੇ ਨੂੰ ਮਤਲਬ ਕਿ ਤੁਸੀਂ ਇਹ ਸਾਬਤ ਕਰਨਾ ਨਾ ਕਿ ਇਹ ਲੋਕ, ਮਤਲਬ ਕਿ ਮੈਂ ਬਹੁਤ ਚੰਗਾ ਇਨਸਾਨ ਹੈਗਾ, ਹੈ ਨਾ, ਜੇ ਆਪਦੇ ਕੰਮ ਨੂੰ, ਮਤਲਬ ਕਿ ਕੀਤੇ ਗਏ ਕੰਮ ਨੂੰ ਪ੍ਰਮਾਣਿਕਤਾ ਦਿਵਾਉਣੀ ਹੈ ਤਾਂ ਤੁਹਾਨੂੰ ਮਰਨਾ ਪੈਣਾ। ਠੀਕ ਹੈ, ਇਹਦੀ ਇੱਕ ਬਹੁਤ ਮਤਲਬ ਕਿ ਵਧੀਆ ਐਗਜ਼ਾਮਪਲ ਇਹ ਹੈ ਕਿ ਕੁੱਕੀ ਗਿੱਲ ਬਚ ਰਿਹਾ ਅਤੇ ਜਿਹੜੇ ਉਹਦੇ ਨਾਲ ਖਾੜਕੂ ਸਿੰਘ ਸੀਗੇ ਉਹ ਮਰ ਗਏ। ਅੱਜ ਕੁੱਕੀ ਗਿੱਲ ਅਤੇ ਦਲਜੀਤ ਸਿੰਘ ਬਿੱਟੂ ਦੇ ਉੱਪਰ ਹਜ਼ਾਰ ਤਰ੍ਹਾਂ ਦੇ ਸਵਾਲ ਆਉਂਦੇ ਨੇ ਜੀ, ਕਾਰਨ ਕੀ ਹੈ, ਉਹ ਜਿਉਂਦੇ ਨੇ। ਜੋ ਬੰਦਾ ਮਰ ਗਿਆ ਉਹਨੂੰ ਦੁਨੀਆ ਉਹਦੇ ਬਹੁਤ ਸਾਰੇ ਕੰਮਾਂ ਦੇ ਉੱਪਰ ਪਰਦਾ ਪਾ ਦਿੰਦੀ ਹੈ। ਇਹੀ ਗੱਲ ਹੈ ਕਿ ਮੈਂ ਲਿਖਿਆ ਸੀ ਕਿ ਨਜ਼ਰ ਵਿੱਚ ਹੈ ਦੋਸ਼ ਜ਼ਮਾਨੇ ਦੇ, ਮਰਨ ਪਿੱਛੋਂ ਕਿ ਉਹ ਬੰਦੇ ਸਤਿਕਾਰੇ ਜਾਂਦੇ ਨੇ। ਠੀਕ ਹੈ ਨਾ, ਅਤੇ ਮਰਨ ਤੋਂ ਬਾਅਦ ਚੀਜ਼ਾਂ ਹੋਰ ਢੰਗ ਨਾਲ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ। ਜਿਹੜੇ ਲੋਕ ਸਿੱਧੂ ਨੂੰ 70,000 ਵੋਟ 'ਤੇ ਹਰਾ ਸਕਦੇ ਨੇ, ਬਾਅਦ ਦੇ ਵਿੱਚ ਉਹੀ ਲੋਕ ਉਹਦੇ ਵਿੱਚੋਂ ਮੌਤ ਤੋਂ ਬਾਅਦ ਇੱਕ ਵੱਡਾ ਪੰਥਕ ਲੀਡਰ ਭਾਲਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹਦੇ ਵਿੱਚੋਂ ਪਾਣੀਆਂ ਦਾ ਰਾਖਾ ਵੀ ਭਾਲਣ ਦੀ ਕੋਸ਼ਿਸ਼ ਕਰਦੇ ਨੇ, ਉਹਦੇ ਵਿੱਚੋਂ ਮਤਲਬ ਕਿ ਵੀ ਇੱਕ ਯੂਥ ਦਾ ਆਈਕਨ ਆਗੂ ਭਾਲਣ ਦੀ ਕੋਸ਼ਿਸ਼ ਕਰਦੇ ਨੇ। ਪਰ ਜਦੋਂ ਉਹ ਜਿਉਂਦਾ ਹੁੰਦਾ ਤਾਂ ਜਿੰਨਾ ਵਿਰੋਧ, ਜਿੰਨੀ ਮੁਹੱਬਤ ਸਿੱਧੂ ਨੂੰ ਮਿਲੀ ਉਹਦੇ ਬਰਾਬਰ ਉਹਨੂੰ ਵਿਰੋਧ ਵੀ ਝੱਲਣਾ ਪਿਆ, ਕਿਉਂਕਿ ਅਸੀਂ ਉਹਦੇ ਨਾਲ ਸੀ। ਅਸੀਂ ਵੇਖਿਆ ਕਿ ਦਿੱਲੀ ਕਿਸਾਨ ਧਰਨੇ 'ਤੇ ਜਦੋਂ ਜਾਂਦੇ ਹਾਂ ਅਤੇ ਮੜੀਰ ਸਾਡੇ ਮਗਰ ਪੈ ਜਾਂਦੀ ਹੈ ਕਿ ਤੁਸੀਂ ਕਾਲੇ ਝੰਡੇ ਕਿਉਂ ਲੈ ਕੇ ਆਏ ਹੋ, ਜਦੋਂ ਕੋਰ ਵਾਲੇ ਮਾਨ ਦੇ ਵਿਆਹ 'ਤੇ ਜਾਂਦਾ ਹੈ ਅਤੇ ਉੱਥੇ ਵੀ ਮਤਲਬ ਕਿ ਲੋਕ ਕਹਿੰਦੇ ਨੇ ਕਿ ਗਿਆਨੀ ਉਰੇ ਆ ਉਹ ਫੋਟੋ ਕਰਾ, ਹੈ। ਪਰ ਜਦੋਂ ਹੀ ਉਹ ਸਿੱਧੂ ਮਤਲਬ ਕਿ ਮਰ ਜਾਂਦਾ, ਉਹਦੀਆਂ ਤਸਵੀਰਾਂ ਹਰ ਇੱਕ ਘਰ ਦੇ ਵਿੱਚ ਨੇ ਅਤੇ ਉੱਥੇ ਬਾਜ਼ਾਰ ਲੱਗਿਆ ਹੋਇਆ ਜਿੱਥੇ ਉਹਦਾ ਸੰਸਕਾਰ ਹੋਇਆ, ਉੱਥੋਂ ਲੋਕ ਖਰੀਦ ਰਹੇ ਨੇ ਅਤੇ ਕਹਿ ਰਹੇ ਨੇ ਕਿ ਉਹਦੇ ਕੋਈ ਸੱਟ ਲੱਗੀ। ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਸਿੱਧੂ ਦਾ ਜਿਹੜਾ ਕਿਰਦਾਰ ਸੀਗਾ ਕਿਤੇ ਨਾ ਕਿਤੇ ਉਹ ਜਿਹੜਾ ਟੁੱਟਿਆ ਜਾਂ ਹੋਰ ਵਧਿਆ ਗਿਆ ਉਸ ਤੋਂ ਜਾਣ ਤੋਂ ਬਾਅਦ? ਮੈਨੂੰ ਲੱਗਦਾ ਕਿ ਸਿੱਧੂ ਦੇ ਜਾਣ ਤੋਂ 2 ਸਾਲ ਬਾਅਦ ਤੱਕ ਸਿੱਧੂ ਦੀ ਲੈਗਸੀ ਨੂੰ ਬਹੁਤ ਸਾਰੇ ਡੈਂਟ ਜਿਹੜੇ ਲੱਗ ਚੁੱਕੇ ਨੇ। ਉਹਦਾ ਕਾਰਨ ਹੈਗਾ ਕਿ ਜਿਹੜੀ ਮੈਨੇਜਮੈਂਟ ਹੈ ਅਤੇ ਸਿੱਧੂ ਦੀ ਟੀਮ ਅਤੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਰਾਜਨੀਤਿਕ ਤੌਰ 'ਤੇ ਇਸਟੈਬਲਿਸ਼ ਹੋਣ ਦੀ ਕੋਸ਼ਿਸ਼ ਕੀਤੀ ਜੀ,
ਤੇ ਉਹ ਰਾਜਨੀਤਿਕ ਤੌਰ ਤੇ ਐਸਟੈਬਲਿਸ਼ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਤੁਸੀਂ ਇਹ ਦੇਖਣਾ ਹੁੰਦਾ ਕਿ ਜਿਹੜੇ ਜਦੋਂ ਅਸੀਂ ਰਾਜਨੀਤਿਕ ਤੌਰ ਤੇ ਐਸਟੈਬਲਿਸ਼ ਹੋਵਾਂਗੇ, ਸਾਡੇ ਕੋਲ ਪਾਵਰ ਆਊਗੀ, ਸੱਤਾ ਆਊਗੀ, ਉਹਨਾਂ ਦਾ ਇਹ ਪੁਆਇੰਟ ਵੈਲਿਡ ਹੈ ਕਿ ਅਸੀਂ ਸੱਤਾ ਦੇ ਵਿੱਚ ਆ ਕੇ ਆਪਦੇ ਪੁੱਤਰ ਵਾਸਤੇ ਇਨਸਾਫ਼ ਮੰਗ ਸਕਦੇ ਹਾਂ ਜੀ। ਪਰ ਇਨਸਾਫ਼ ਦੀ ਵੀ ਕੀ ਰੂਪ ਰੇਖਾ ਹੋਊਗੀ ਕਿ ਤੁਸੀਂ ਉਹਨਾਂ ਨੂੰ ਫਾਂਸੀ ਲਵਾ ਦੋਗੇ, ਫਿਰ ਮਤਲਬ ਕਿ ਇਨਸਾਫ਼ ਇਹਨੂੰ ਕਹਿ ਸਕਦੇ ਹਾਂ ਕਿ ਦੇਸ਼ ਦੇ ਵਿੱਚ ਮਤਲਬ ਕਿ ਫਾਂਸੀ ਦਾ ਪ੍ਰੋਵੀਜ਼ਨ ਹੀ ਨਹੀਂ ਹੈਗਾ, ਬਹੁਤ ਮਤਲਬ ਕਿ ਘੱਟ ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਜੇਲ੍ਹਾਂ ਦੇ ਵਿੱਚ ਉਹ ਔਲਰੇਡੀ ਲੋਕ ਹੈਗੇ ਹੀ ਨੇਗੇ, ਹੈ ਨਾ। ਅਤੇ ਪਰ ਉਹ ਰਾਜਨੀਤਿਕ ਤੌਰ 'ਤੇ ਸਟੈਬਲਿਸ਼ ਹੋਣ ਦੇ ਵਿੱਚ ਜਿਹੜੀ ਸਮੱਸਿਆ ਸੀਗੀ ਉਹ ਇਹ ਸੀਗੀ ਕਿ ਰਾਜਨੀਤਿਕ ਜਿਹੜੀਆਂ ਚਾਲਾਂ ਸੀ ਉਹਦੀ ਸਮਝ ਨਾ ਹੋਣ ਕਰਕੇ ਬਹੁਤ ਥਾਂ 'ਤੇ ਪਰਿਵਾਰ ਨੂੰ ਵਰਤ ਲਿਆ ਗਿਆ, ਜਿਵੇਂ ਜਲੰਧਰ ਇਲੈਕਸ਼ਨ ਜੀ। ਇਹ ਇੱਕ ਮਤਲਬ ਕੋਮਨ ਜੀ ਗੱਲ ਹੈ, ਆਮ ਜੀ ਗੱਲ ਹੈ ਕਿ ਜਦੋਂ ਸਰਕਾਰ ਬਣੀ ਹੁੰਦੀ ਹੈ, ਬਣੀ ਬਣੀ ਸੀਗੀ ਸਰਕਾਰ ਉਦੋਂ, ਅਤੇ ਉਦੋਂ ਉਹ ਸਮੇਂ ਮਤਲਬ ਜਿਮਣੀ ਚੋਣ ਜਿੱਤਣ ਦੀ ਸੰਭਾਵਨਾ ਸਰਕਾਰ ਦੀ ਵੱਧ ਹੁੰਦੀ ਹੈ ਜੀ। ਬੇਸ਼ੱਕ ਸਿਮਰਜੀਤ ਸਿੰਘ ਮਾਨ ਵਾਲੀ ਜਿਹੜੀ ਇਲੈਕਸ਼ਨ ਆ ਉਹ ਇੱਕ ਅਲੱਗ ਸਮੇਂ ਦੇ ਵਿੱਚ ਹੋਈ, ਉਹ ਉਸ ਟਾਈਮ ਹੋਈ ਜਦੋਂ ਸਿੱਧੂ ਦੀ ਮੌਤ ਹੁੰਦੀ ਹੈ, ਨਾਲ ਦੇ ਨਾਲ ਹੋ ਜਾਂਦੀ ਹੈ, ਉਹ ਜਿਹੜਾ ਅਗਰੈਸ਼ਨ ਸੀਗਾ ਸਾਰਾ ਉੱਧਰ ਚਲਾ ਗਿਆ, ਦੀਪ ਸਿੱਧੂ ਵਾਲਾ ਅਗਰੈਸ਼ਨ ਉਹ ਸਾਰਾ ਸ਼ਿਫਟ ਹੋ ਕੇ ਉੱਧਰ ਚਲਾ ਗਿਆ, ਅਤੇ ਉਹ ਦੇ ਵਿੱਚੋਂ ਮਤਲਬ ਸਿਮਰਜੀਤ ਸਿੰਘ ਮਾਨ ਜਿੱਤ ਕੇ ਨਿਕਲਦੇ ਨੇਗੇ, ਹੈ ਨਾ। ਪਰ ਬਾਅਦ ਦੇ ਵਿੱਚ ਜਿਹੜਾ ਜਲੰਧਰ ਇਲੈਕਸ਼ਨ ਸੀ ਉਹ ਇੱਕ ਹੋਰ ਤਰ੍ਹਾਂ ਦਾ ਇਲੈਕਸ਼ਨ ਸੀ, ਇੱਕ ਹੋਰ ਏਰੀਏ ਦਾ ਇਲੈਕਸ਼ਨ ਸੀ, ਜਿਹੜੇ ਦੁਆਬੇ ਦੇ ਲੋਕ ਨੇ ਉਹਨਾਂ ਦਾ ਵੋਟ ਪਾਉਣ ਦਾ ਜਿਹੜਾ ਅੰਦਾਜ਼ ਆ ਢੰਗ ਆ ਉਹ ਹੋਰ ਤਰ੍ਹਾਂ ਦਾ ਹੈਗਾ। ਉੱਥੇ ਇੱਕ ਤੁਹਾਡੇ ਪੋਲੀਟੀਕਲੀ ਜਿਹੜਾ ਤੁਹਾਨੂੰ ਮਤਲਬ ਕਿ ਸਮਝਾ ਸਕਣ ਲੋਕ, ਕੋਈ ਇੱਕ ਇਹੋ ਜਿਹੀ ਟੀਮ ਤੁਹਾਡੇ ਇਹੋ ਜਿਹੇ ਸਲਾਹਕਾਰ ਹੋਣੇ ਚਾਹੀਦੇ ਜਿਹੜੇ ਤੁਹਾਨੂੰ ਦੱਸਣ ਜੀ ਕੀ ਸੰਭਾਵਨਾ ਵਾ ਗੀ ਜਲੰਧਰ ਜਾਣ ਦੀ, ਜੇ ਅਸੀਂ ਜਲੰਧਰ ਜਾਂਦੇ ਹਾਂ ਅਤੇ ਜੇ ਹਾਰ ਗਏ ਉਦੋਂ ਬਾਅਦ ਕੀ ਵਾਪਰੂਗਾ। ਠੀਕ ਹੈ, ਇੱਕ ਤਾਂ ਇਹ ਚੀਜ਼ ਹੋਊਗੀ ਵੀ ਇਹ ਚੀਜ਼ ਦੀ ਸਮਝ ਨਾ ਹੋਣ ਕਰਕੇ ਵੀ ਨੁਕਸਾਨ ਹੋਏ ਨੇਗੇ ਜੀ। ਇੱਕ ਉਹ ਉੱਥੇ ਮਤਲਬ ਇਹ ਹੈ ਕਿ ਉਹ ਘਰੇ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਜਿਹੜੇ ਆਸੇ ਪਾਸੇ ਪਰਿਵਾਰ ਦੇ ਜੁੜੇ ਹੋਏ ਲੋਕ ਨੇ, ਕੁਛ ਪਰਿਵਾਰ ਦੇ ਮੈਂਬਰ ਵੀ ਜਿਹੜੇ ਤੁਹਾਡੇ ਤੁਹਾਡੇ ਬਾਰੇ ਵੀ ਇਹ ਗੱਲ ਮੈਂ ਸੁਣੀ ਆ, ਕਿਤੇ ਪਰਿਵਾਰ ਦੇ ਕਿਸੇ ਮੈਂਬਰ ਨਜ਼ਦੀਕੀ ਰਿਸ਼ਤੇਦਾਰ ਨੇ ਕਿਹਾ ਕਿ ਮਨਜਿੰਦਰ ਤੂੰ ਨਾ ਆਇਆ ਕਰ, ਤੇਰੇ ਕਰਕੇ ਅਸੀਂ ਚੋਣ ਨਹੀਂ ਲੜ ਸਕੇ। ਨਹੀਂ ਉਹਨਾਂ ਨੂੰ ਇਹ ਲੱਗਦਾ ਕਿਉਂਕਿ ਵੀ ਅਸੀਂ ਮਾਤਾ ਨਾਲ ਫੋਨ 'ਤੇ ਗੱਲ ਹੁੰਦੀ ਰਹਿੰਦੀ ਹੈ ਨਾ, ਵੀ ਮਾਤਾ ਇਲੈਕਸ਼ਨ ਲੜਨ ਦੇ ਖਿਲਾਫ਼ ਸੀਗੀ, ਉਹ ਚਾਹੁੰਦੇ ਸੀਗੇ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ ਹੈਗੀ, ਕਿਉਂਕਿ ਮਤਲਬ ਕਿ ਉਹ ਹੁਣੇ ਹੁਣੇ ਬਜ਼ੁਰਗ ਉਮਰ ਦੇ ਵਿੱਚ ਜਾ ਕੇ ਉਹਨਾਂ ਨੇ ਮਤਲਬ ਕਿ ਬੱਚੇ ਨੂੰ ਜਨਮ ਦਿੱਤਾ, ਉਹਨਾਂ ਦੀ ਸਿਹਤ ਦੇ ਬਹੁਤ ਸਾਰੇ ਇਸ਼ੂ ਨੇ, ਬਲਕੌਰ ਸਿੰਘ ਦੇ 3 ਵਾਰੀ ਸਟੰਟ ਪੈ ਗਿਆ, ਉਹਨਾਂ ਦੀ ਸਿਹਤ ਦੇ ਬਹੁਤ ਸਾਰੇ ਇਸ਼ੂ ਨੇ, ਹੈ ਨਾ। ਅਤੇ ਹਾਲੇ ਬੱਚਾ ਬਹੁਤ ਛੋਟਾ, ਉਹਨਾਂ ਨੂੰ ਇਹ ਆ ਕਿ ਅਸੀਂ ਘੱਟੋ ਘੱਟ ਇਹਦੀ ਜਵਾਨੀ ਮਤਲਬ ਕਿ ਇਹਦੀ ਪਰਵਰਿਸ਼ ਨੂੰ ਸਹੀ ਢੰਗ ਨਾਲ, ਵੀ ਸਾਨੂੰ ਰਾਜਨੀਤੀ ਕਰਨ ਦੀ ਲੋੜ ਨਹੀਂ, ਅਤੇ ਲੋੜ ਹੈ ਵੀ ਨਹੀਂ, ਕਿਉਂਕਿ ਸਿੱਧੂ ਮੂਸੇਵਾਲੇ ਦਾ ਨਾਂ ਐਡਾ ਵੱਡਾ ਦੁਨੀਆ 'ਤੇ, ਵੱਧ ਤੋਂ ਐੱਮ ਪੀ ਜਾਂ ਐੱਮ ਐੱਲ ਏ ਉਹਦੇ ਬਰਾਬਰ ਹੈ ਕੀ ਚੀਜ਼। ਪਰ ਜਿਹੜੇ ਆਸੇ ਪਾਸੇ ਲੋਕ ਵਿਚਰਦੇ ਨੇ ਉਹਨਾਂ ਦੇ ਇੱਕ ਆਪਣੇ ਪੋਲੀਟੀਕਲ ਇੰਟਰਸਟ ਨੇ, ਉਹ ਚਾਹੁੰਦੇ ਨੇ ਕਿ ਅਸੀਂ ਮਤਲਬ ਕਿ ਇਹ ਪਰਿਵਾਰ ਦੀ ਜਿਹੜੀ ਪਾਵਰ ਹੈਗੀ, ਇਹ ਪਰਿਵਾਰ ਕੋਲ ਜਿਹੜੀ ਮਤਲਬ ਕਿ ਲੋਕਾਂ ਦੀ ਸਟਰੈਂਥ ਹੈਗੀ ਜਾਂ ਸਿੱਧੂ ਮੂਸੇਵਾਲੇ ਜਿਹੜੀ ਲੈਗਸੀ ਹੈ ਉਹਦੀ ਛਾਂ ਦੇ ਹੇਠ ਸਾਡਾ ਪੋਲੀਟੀਕਲ ਅਥਾਨ ਹੋ ਸਕੇ। ਉਹ ਰੈਆਂ ਹੁੰਦੀਆਂ ਨੇ, ਉਹ ਰੈ ਮਤਲਬ ਇਹ ਲੈਣੀ ਹੈ ਜਾਂ ਨਹੀਂ ਲੈਣੀ। ਹੁਣ ਇਹਦੀ ਲੇਟੈਸਟ ਐਗਜ਼ਾਮਪਲ ਇਹ ਹੈਗੀ ਕਿ 2024 ਦੇ ਇਲੈਕਸ਼ਨ ਦੇ ਵਿੱਚ, ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਪਰਿਵਾਰ ਵੱਲੋਂ ਕੰਪੇਨ ਕੀਤੀ ਗਈ ਬਕਾਇਦਾ ਜੀ, ਸਾਰੇ ਕਿਤੇ ਜਾ ਕੇ, ਸਾਰੇ ਪੰਜਾਬ ਦੇ ਵਿੱਚ ਜਾ ਕੇ। ਹੁਣ ਮਾਨਸਾ ਤੋਂ ਮਾਨਸਾ ਤੋਂ ਵੱਧ ਨੇੜੇ ਤਾਂ ਕੋਈ ਹੈ ਨਹੀਂ, ਕਿਉਂਕਿ ਸਿੱਧੂ ਮਾਨਸਾ ਤੋਂ ਇਲੈਕਸ਼ਨ ਲੜਿਆ ਸੀਗਾ। ਹੋਇਆ ਕਿ ਵੀ ਮਾਨਸਾ ਤੋਂ ਆਮ ਆਦਮੀ ਪਾਰਟੀ ਨੂੰ 48,000 ਵੋਟ ਪੈਂਦੀ ਹੈ, ਅਕਾਲੀ ਦਲ ਨੂੰ 40,000 ਵੋਟ ਪੈਂਦੀ ਹੈ, ਕਾਂਗਰਸ ਨੂੰ 23,000 ਵੋਟ ਪੈਂਦੀ ਹੈ, ਜਿੱਥੇ ਪਰਿਵਾਰ ਪ੍ਰਚਾਰ ਕਰਦਾ। ਇਹ
ਇਹ ਚੀਜ਼ ਦੇ ਨਾਲ ਇਫੈਕਟ ਕਿੱਥੇ ਜਾ ਕੇ ਪੈਂਦਾ? ਚੀਜ਼ਾਂ ਕਦੇ ਵੀ ਮਤਲਬ ਕਿ ਹਾਰਡ ਰੂਪ ਦੇ ਵਿੱਚ ਜਾਂ ਕਾਪੀ ਦੇ ਰੂਪ 'ਚ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦੇਖ ਸਕੀਏ। ਇਹ ਸਾਰੀ ਚੀਜ਼ ਹਵਾ ਦੇ ਵਿੱਚ ਹੈ, ਅੱਜ ਦੇ ਸਮੇਂ ਸੋਸ਼ਲ ਮੀਡੀਆ 'ਤੇ ਹੈ। ਜੇ ਸੋਸ਼ਲ ਮੀਡੀਆ 'ਤੇ ਹਵਾ ਹੈਗੀ ਹੈ ਤਾਂ ਹੈਗੀ ਹੈ, ਜੇ ਨਹੀਂ ਹੈਗੀ ਤਾਂ ਨਹੀਂ ਹੈਗੀ। ਇਹਦੇ ਨਾਲ ਹੋਇਆ ਕਿ ਸੋਨੂੰ 23,000 ਵੋਟ ਪੈ ਰਹੀ ਹੈ, ਆਮ ਆਦਮੀ ਪਾਰਟੀ ਨੂੰ 48,000 ਪੈ ਰਹੀ ਹੈ, ਦੁੱਗਣੀ ਵੋਟ ਪੈ ਰਹੀ ਹੈ। ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ਼ ਇਹ ਗੱਲ ਦਾ ਪ੍ਰਚਾਰ ਕਰ ਰਹੇ ਹਾਂ ਕਿ ਇਹਨਾਂ ਨੇ ਸਾਡੇ ਪੁੱਤਰ ਦੇ ਦਾ ਇਨਸਾਫ਼ ਨਹੀਂ ਲੈ ਕੇ ਦਿੱਤਾ, ਇਹਨਾਂ ਦੀਆਂ ਗਲਤੀਆਂ ਕਰਕੇ ਸਾਡਾ ਨੁਕਸਾਨ ਹੋਇਆ। ਉਹ ਮੁੱਠੀ ਬੰਦ ਵੀ ਰੱਖੀ ਜਾ ਸਕਦੀ ਸੀ, ਉਹ ਚੁੱਪ ਰਹਿਣ ਦੇ ਨਾਲ ਇੱਕ ਐਸਾ ਪ੍ਰੈਸ਼ਰ ਕ੍ਰੀਏਟ ਹੋ ਸਕਦਾ ਸੀ ਕਿ ਲੋਕ ਸਾਡੇ ਨਾਲ ਜੁੜੇ ਰਹਿੰਦੇ। ਲੋਕ ਟੁੱਟੇ ਆ ਤੁਹਾਨੂੰ ਲੱਗਦਾ? ਜੇ 48,000 ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ ਅਤੇ 23,000 ਕਾਂਗਰਸ ਨੂੰ ਪਈ ਹੈ ਜਿਹਦੇ ਨਾਲ ਅਸੀਂ ਸੀਗੇ, ਅਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਲੋਕ ਸਾਡੇ ਨਾਲ ਹੈ? ਅਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਲੋਕ ਉਸ ਨਹੀਂ ਪਾਰਟੀ ਨਾਲ? ਹੋ ਸਕਦਾ ਕਿ ਪਾਰਟੀ ਦੇ ਨਾਲ ਸਹਿਮਤ ਨਾ ਹੋਣ, ਪਰਿਵਾਰ ਨਾਲ ਅੱਜ ਵੀ ਲੋਕ ਖੜੇ ਹੋਣ। ਹੋ ਸਕਦਾ, ਪਰ ਪਰਿਵਾਰ ਤਾਂ ਮਤਲਬ ਕਿ ਪੋਲੀਟੀਕਲੀ ਜਦੋਂ ਵਿਚਰ ਰਿਹਾ ਅਤੇ ਗੱਲ ਤਾਂ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ ਲੋਕ ਹੋ ਸਕਦੇ ਆ ਹੋਣ, ਪਰ ਮਤਲਬ ਕਿ ਹਵਾ ਦੇ ਵਿੱਚੋਂ ਜਿਹੜੀਆਂ ਗੱਲਾਂ ਨੇ ਉਹ ਤਾਂ ਨਿਕਲ ਕੇ ਇਹ ਆਉਣਗੀਆਂ ਨਾ ਕਿ ਯਾਰ ਵੀ ਹੁਣ ਉਹ ਗੱਲ ਨਹੀਂ ਰਹੀ ਹੈਗੀ, ਹੈ ਨਾ। ਹੁਣ ਮਾਨਸਾ 'ਤੇ ਫਿਰ ਮਤਲਬ ਕਿ ਆਮ ਆਦਮੀ ਪਾਰਟੀ ਤਾਂ ਕਹੂਗੀ ਯਾਰ ਵਿਰੋਧ ਕਿਤੇ ਹੈ ਹੀ ਨਹੀਂ ਸਾਡਾ, ਸਾਨੂੰ ਤਾਂ 48,000 ਵੋਟ ਪੈ ਰਹੀ ਹੈਗੀ। ਐਵੇਂ ਕਹਿ ਰਿਹਾ ਬਲਕੌਰ ਸਿੰਘ ਸਾਡੇ ਬਾਰੇ, ਮਤਲਬ ਕਿ ਬਿਨਾਂ ਗੱਲ ਤੋਂ ਕਹਿ ਰਹੇ ਅਸੀਂ ਤਾਂ ਬਹੁਤ ਸੋਹਣਾ ਕੰਮ ਕਰ ਰਹੇ ਹਾਂਗੇ ਜੀ, ਠੀਕ ਹੈ ਨਾ। ਉਹਦੇ ਨਾਲ ਉਹਦੀ ਲੈਗਸੀ ਨੂੰ ਡੈਂਟ ਲੱਗਦੇ ਨੇ। ਮੈਂ ਕਹਿੰਦਾ ਕਿ ਰਾਜਨੀਤੀ ਕਰੋ ਪਰ ਅਵੇਅਰ ਹੋ ਕੇ ਕਰੋ, ਹੈ ਨਾ, ਜਿਹਦੇ ਨਾਲ ਸਿੱਧੂ ਨੂੰ ਕੋਈ ਫਰਕ ਨਾ ਪਵੇ ਜੀ, ਹੈ ਨਾ। ਤੁਸੀਂ ਪੋਲੀਟੀਕਲੀ ਅਸਟੈਬਲਿਸ਼ ਹੋਣਾ, ਰਾਜਨੀਤਿਕ ਤੌਰ 'ਤੇ ਸੱਤਾ 'ਚ ਆਉਣਾ, ਪਾਵਰ 'ਚ ਆਉਣਾ, ਉਹ ਇੱਕ ਅਲੱਗ ਚੀਜ਼ ਹੈਗੀ, ਤੁਸੀਂ ਕਰ ਸਕਦੇ ਹੋ, ਕੋਈ ਪਾਬੰਦੀ ਨਹੀਂ ਹੈਗੀ। ਪਰ ਜੇ ਕੋਈ ਸਿੱਧੂ ਦਾ ਨਾਂ ਲੈ ਕੇ, ਹੈ ਨਾ, ਤੀਜਾ ਫੈਮਿਲੀ ਤੋਂ ਦੂਰ ਵਾਲਾ ਬੰਦਾ ਤੁਹਾਨੂੰ ਯੂਜ਼ ਕਰ ਰਿਹਾ, ਉਹ ਗਲਤ ਗੱਲ ਹੈ। ਕਿਤਾਬ ਦੀ ਆਪਾਂ ਗੱਲ ਕਰੀਏ ਕਿ ਕਿਤਾਬ ਦੇ ਜਿਹੜੇ ਵਰਕੇ ਨੇ ਬਚਪਨ ਤੋਂ ਸ਼ੁਰੂ ਹੁੰਦੇ ਨੇ, ਉਸ ਦਿਨ ਤੱਕ ਜਾਂਦੇ ਨੇ ਮੌਤ ਵਾਲੇ ਦਿਨ ਤੱਕ? ਹਾਂ, ਪਹਿਲਾਂ ਤਾਂ ਇਹ ਹੈ ਕਿ ਜਿਹੜੀ ਮਾਨਸਾ ਦੀ ਭੂਗੋਲਿਕ ਸਥਿਤੀ ਹੈ, ਮਾਨਸਾ ਕਿਵੇਂ ਦਾ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਉਹਦੇ ਬਚਪਨ ਤੋਂ ਚੱਲਦਾ ਅਤੇ ਆਖਰੀ ਸਮੇਂ ਜਦੋਂ ਸਿੱਧੂ ਦਾ ਕਤਲ ਕੀਤਾ ਜਾਂਦਾ ਉੱਥੋਂ ਤੱਕ ਹੈਗੀ ਹੈ ਇਹ। ਅਤੇ ਜਿਹੜਾ ਬਾਕੀ ਚੈਪਟਰ ਹੈ ਉਹ ਹਲੇ ਉਹਦੇ 'ਤੇ ਜੀ ਮੈਂ ਕੰਮ ਨਹੀਂ ਸਟਾਰਟ ਕੀਤਾ, ਉਸ ਤੋਂ ਬਾਅਦ ਵਾਲੇ 'ਤੇ ਜੀ। ਜੇ ਕਿਰਦਾਰਾਂ ਦੀ ਗੱਲ ਕਰੀਏ, ਜੋ ਕਿਰਦਾਰ ਸਿੱਧੂ ਦੇ ਜੀਵਨ 'ਚ ਆਏ ਆ, ਹੂਬਹੂ ਕਿਰਦਾਰ ਉਸ ਤਰ੍ਹਾਂ ਤੁਸੀਂ ਬਿਆਨ ਕੀਤੇ ਨੇ ਇਸ ਕਿਤਾਬ ਦੇ ਅੰਦਰ? ਬਿਲਕੁਲ ਜੀ, ਜਿੰਨੀਆਂ ਉਹਦੀਆਂ ਕੰਟਰੋਵਰਸੀਆਂ ਹੋਈਆਂ, ਬੇਸ਼ੱਕ ਗਾਣਿਆਂ ਨੂੰ ਲੈ ਕੇ ਹੋਈਆਂ ਨੇ, ਗਾਣਿਆਂ ਜਾਂ ਇੱਕ ਜੜਬਾ ਕੱਪ ਦੀ ਆਪਾਂ ਗੱਲ ਕਰਦੇ ਹਾਂ, ਉਸ ਦੇ ਪਿੱਛੇ ਗੱਲ ਕੀ ਸੀ ਸਾਰੀ, ਉਹ ਵੀ ਕਹਾਣੀ ਸਭ ਕੁਝ ਹੂਬਹੂ ਜੀ। ਤਸਵੀਰਾਂ ਵੀ ਤੁਸੀਂ ਵਿੱਚ ਲਾਈਆਂ ਗਈਆਂ ਸਿੱਧੇ ਤੌਰ 'ਤੇ, ਤਸਵੀਰਾਂ ਜੇ ਦੇਖੀਏ ਤਾਂ ਇਹਦੇ ਵਿੱਚ ਤਸਵੀਰਾਂ ਵੀ ਨੇ ਤੁਹਾਡੀਆਂ? ਜੀ ਜੀ, ਇਹਦੇ ਵਿੱਚ ਕੁਛ ਕੁ ਤਸਵੀਰਾਂ ਉਹਦੀਆਂ ਯਾਦਗਾਰ ਨੇਗੀਆਂ, ਸਟੇਜਾਂ ਦੀਆਂ ਹੈਗੀਆਂ ਨੇਗੀਆਂ, ਬਾਕੀ ਮੇਰੇ ਨਾਲ ਜਿਹੜੇ ਉਹਦੇ ਮਤਲਬ ਕਿ ਪਲ ਸੀਗੇ ਉਹ ਤਸਵੀਰਾਂ। ਕੋਈ ਤੁਹਾਡੇ ਨਾਲ ਇਹੋ ਜਿਹਾ ਪਲ ਜਿਹੜਾ ਇਸ ਦੇ ਵਿੱਚ ਤੁਸੀਂ ਬਿਆਨ ਕੀਤਾ ਹੋਵੇ, ਤੁਸੀਂ ਸਿੱਧੂ ਦੇ ਨਾਲ ਗਏ ਹੋ ਉਸ ਸਮੇਂ, ਤੁਹਾਡੇ ਬੈਠੇ ਕਦੇ ਧਮਕੀ ਆਈ ਹੋਵੇ ਜਾਂ ਕਿਸੇ ਪੁਲਿਸ ਦੇ ਅਧਿਕਾਰੀ ਵੱਲੋਂ ਤੁਹਾਨੂੰ ਕੋਈ ਕਾਲ ਆਈ ਹੋਵੇ, ਧਮਕੀਆਂ ਮਿਲ ਰਹੀਆਂ ਜਾਂ ਤੁਸੀਂ ਇਸ ਏਰੀਏ 'ਚ ਨਾ ਜਾਓ? ਹਾਂ ਹੋਇਆ ਬਈ, ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਦੱਸੀ ਹੈ ਕਿ ਅਸੀਂ ਮੈਂ ਸੀਗਾ, ਮੇਰਾ ਭਰਾ ਸੀਗਾ ਛੋਟਾ, ਅਤੇ ਅਸੀਂ ਪੁੱਛੋ ਵਾਲੀ ਸਾਈਡ ਜਾ ਰਹੇ ਸੀ ਕਿਉਂਕਿ ਵਾਲੀਬਾਲ ਖੇਡਦੇ ਸੀ ਉੱਥੋਂ, ਮਤਲਬ ਕਿ ਕੁਛ ਤੁਹਾਡੀ ਇੱਕ ਵੀਡੀਓ ਵੀ ਹੈ ਸ਼ਾਇਦ, ਕੋਈ ਸਪੋਰਟਸ ਵਾਲੇ ਕੱਪੜੇ ਲੈਣੇ ਸੀ ਉਦੋਂ, ਮਤਲਬ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਫੋਨ ਆਇਆ ਸੀਗਾ ਕਿ ਤੂੰ ਮਤਲਬ ਕਿ ਆਪਦਾ ਧਿਆਨ ਰੱਖਿਆ ਕਰ ਕਿਉਂਕਿ ਤੇਰੇ 'ਤੇ ਫੀਲਡਿੰਗ ਲੱਗੀ ਵੀ ਹੈ, ਹੁਣੇ ਹੁਣ ਤੂੰ ਛੇਤੀ ਘਰੇ ਜਾ। ਇਹ ਬਹੁਤ ਵਾਰੀ ਹੋਇਆ ਕਿਉਂਕਿ ਇਹ
ਮਸਲਾ ਹੀ ਉਹ ਹੈ, ਪਤਾ ਕੀ ਗੱਲ ਹੁਣ ਜੇ ਬਹੁਤ ਸਾਰੇ ਬੰਦੇ ਕਹਿ ਰਹੇ ਨੇ ਕਿ ਤੈਨੂੰ ਕਿਤਾਬ ਅਜਾਜ ਤੇ ਲੈ ਕੇ ਲਿਖਣੀ ਚਾਹੀਦੀ ਸੀ। ਹੁਣ ਮੈਂ ਇਹ ਕਿਤਾਬ ਦੇ ਵਿੱਚ ਸਿਕਿਉਰਿਟੀ ਇਸ਼ੂ ਨੂੰ ਜਾਂ ਸਿਕਿਉਰਿਟੀ ਦੇ ਉੱਪਰ ਕੰਮ ਨਹੀਂ ਹੋਇਆ ਸਿੱਧੂ ਦੀ, ਉਹਦੇ ਬਹੁਤ ਮੈਨੇਜਮੈਂਟ ਨਹੀਂ ਹੈ ਸੀ ਸਿੱਧੂ ਦੀ। ਮੈਂ ਬਹੁਤ ਖੁੱਲ੍ਹ ਕੇ ਇਹ ਗੱਲ ਲਿਖੀ ਹੈ ਕਿ ਜਿਹੜੇ ਬੰਦੇ ਨੂੰ, ਜਿਹੜਾ ਬੰਦਾ ਆਪ ਕਹਿ ਰਿਹਾ ਕਿ ਤੜਕ ਸਵੇਰੇ ਉੱਠ ਕੇ ਮੈਨੂੰ ਚਾਹ ਦੇ ਨਾਲ ਧਮਕੀ ਮਿਲ ਜਾਂਦੀ ਹੈ, ਇਹਦੇ ਉਹ ਧਮਕੀਆਂ ਹੀ ਚੱਲੀ ਜਾਂਦੀਆਂ ਨੇ। ਇੱਕ ਸ਼ਾਇਦ ਕਿੱਸਾ ਬੜਾ ਸੁਣਦੇ ਆ ਵੀ ਘਰ ਤੱਕ ਵੀ ਆ ਗਏ ਸੀ, ਬਾਅਦ ਚ ਬਲਕੌਰ ਸਿੰਘ ਹੋਣਾ ਦੇ ਜਾਣਕਾਰ ਨਿਕਲ ਗਈ ਸੀ, ਉਹ ਜੇਲ੍ਹ ਚੋਂ ਉਹਨਾਂ ਨੇ ਮਤਲਬ ਕਿ ਬਾਅਦ ਦੇ ਵਿੱਚ ਬੁਲਾ ਕੇ ਪਰਿਵਾਰ ਨੂੰ ਦੱਸਿਆ ਵੀ ਸੀ। ਅੱਛਾ, ਉਹਨਾਂ ਨੇ ਬੁਲਾਇਆ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਸੀ ਕਿ ਯਾਰ ਸਾਨੂੰ ਅਸੀਂ ਤਾਂ ਮਤਲਬ ਕਤਲ ਕਰਨ ਆਏ ਸੀ ਪਰ ਤੁਹਾਡੇ ਨਾਲ ਜਾਣ ਪਛਾਣ ਨਿਕਲ ਗਈ ਅਤੇ ਤੁਸੀਂ ਆਪਦੇ ਬੱਚੇ ਦੀ ਸਿਕਿਉਰਿਟੀ ਦਾ ਧਿਆਨ ਰੱਖੋ, ਠੀਕ ਹੈ ਨਾ। ਜਦੋਂ ਸਾਨੂੰ ਇਹ ਗੱਲ ਦਾ ਪਤਾ ਯਾਰ ਸਾਡੇ ਬੱਚੇ ਨੂੰ ਕੋਈ ਮਾਰੂਗਾ ਹੈ ਨਾ, ਅਤੇ ਸਾਡੇ ਕੋਲ ਮਤਲਬ ਕਿ ਅਰਬਾਂ ਕਰੋੜਾਂ ਰੁਪਏ ਦੀ ਪ੍ਰੋਪਰਟੀ ਹੈ, ਅਤੇ ਅਸੀਂ ਸਿਕਿਉਰਿਟੀ ਦੇ ਉੱਤੇ ਕੰਮ ਕਿਉਂ ਨਹੀਂ ਕੀਤਾ? ਕਤਾਹੀ ਕਿੱਥੋਂ ਹੋਈ ਫਿਰ ਇਹ? ਕਤਾਹੀ ਇਹ ਹੈ ਕਿ ਮੈਨੇਜਮੈਂਟ ਜਿਹੜਾ ਬੰਦਾ, ਜੇ ਅੱਜ ਆਪਾਂ ਬਹੁਤ ਸਾਰੇ ਸਿੰਗਰਾਂ ਦੀ ਗੱਲ ਕਰਦੇ ਹਾਂ, ਹੁਣ ਪਿਛਲੇ ਦਿਨਾਂ ਦੇ ਵਿੱਚ ਵੀ ਬੜੀ ਚਰਚਾ ਛਿੜੀ ਹੈ ਕਿ ਫਲਾਨਾ ਪੰਜਾਬ ਦਾ ਸਿੰਗਰ ਫਲਾਨੀ ਸਟੇਜ 'ਤੇ ਗਾਇਆ ਆ, ਫਲਾਨੇ ਅਡਾਨੀਆਂ ਅਬਾਨੀਆਂ ਦੇ ਗਾਇਆ। ਮੈਂ ਉਹੀ ਗੱਲ ਹੈ, ਆਪਾਂ ਨਾ ਹੀ ਲੈ ਲੈਂਦੇ ਹਾਂ ਵੀ ਦਲਜੀਤ ਅੱਜ ਪੰਜਾਬ ਦਾ, ਦੁਨੀਆ ਦਾ ਸਭ ਤੋਂ ਵੱਧ ਮਤਲਬ ਕਿ ਸੁਣਿਆ ਜਾਣ ਵਾਲਾ ਪੰਜਾਬੀ ਸਿੰਗਰ ਹੈ, ਜਿਹਦੀ ਇੱਕ ਟਿਕਟ ਬੰਬੇ ਦੇ ਵਿੱਚ ਲੱਖਾਂ ਰੁਪਈਆਂ ਦੇ ਵਿੱਚ ਇੱਕ ਟਿਕਟ ਵਿਕੀ ਹੈ, 25,000 ਤੋਂ ਟਿਕਟ ਸਟਾਰਟ ਹੋਈ ਅਤੇ ਲੱਖਾਂ ਰੁਪਈਆਂ ਦੇ ਵਿੱਚ ਵਿਕੀ ਹੈ। ਉਹ ਬੰਦਾ ਅੱਜ ਮਤਲਬ ਕਿ ਉਹ ਮੁਕਾਮ 'ਤੇ ਜਿਹੜੇ 'ਤੇ ਹੈਗਾ ਹੈ ਉੱਥੇ ਕਿਉਂ ਆ? ਕਿਉਂਕਿ ਉਹਦੀ ਇੱਕ ਮੈਨੇਜਮੈਂਟ ਆ, ਜਿਹੜੀ ਉਹਦੀ ਮੈਨੇਜਰ ਹੈਗੀ, ਜਿਹੜੇ ਮਸਲੇ ਨੇ ਦਲਜੀਤ ਦਾ ਰੌਲਾ ਪੈ ਗਿਆ ਕਿ ਜਿਹਨਾਂ ਨੇ ਮਤਲਬ ਕਿ ਟਿਕਟਾਂ ਦੇ ਵਿੱਚ ਧਾਂਦਲੀ ਕੀਤੀ ਹੈ। ਬਸ ਇੱਥੇ ਫਰਕ ਸੀ ਹੈ ਕਿ ਉਹ ਰੌਲੇ ਨੂੰ ਸਿੱਧੂ ਮੂਸੇਵਾਲਾ ਅਤੇ ਉਹਦਾ ਪਰਿਵਾਰ ਆਪ ਸੋਲਵ ਕਰਨ ਦੇ ਵਿੱਚ ਪੈ ਜਾਂਦਾ ਅਤੇ ਉਲਝ ਜਾਂਦਾ, ਅਤੇ ਦਲਜੀਤ ਆ ਜਿਹੜਾ, ਦਲਜੀਤ ਨੂੰ ਉਹ ਗੱਲ ਦਾ ਕੋਈ ਨਹੀਂ ਪਤਾ, ਉਹਦੇ ਮੈਨੇਜਰ ਨੇ, ਉਹਦੇ ਵਕੀਲਾਂ ਦੀ ਡਰ ਹੈ, ਉਹ ਉਹਨਾਂ ਨੇ ਵੇਖਣਾ ਕਿ ਕੀ ਹੋਊਗਾ। ਬਸ ਇਹ ਚੀਜ਼ਾਂ ਨੇਗੀਆਂ ਕਿ ਮੈਨੇਜਮੈਂਟ ਸਹੀ ਢੰਗ ਦੇ ਨਾਲ, ਮੈਂ ਉਹਦੇ ਟਾਈਮ ਤਾਂ ਹੈ ਹੀ ਨਹੀਂ ਸੀਗੀ ਮੈਨੇਜਮੈਂਟ, ਹੁਣ ਮਾੜੀ ਮੋਟੀ ਹੈਗੀ ਹੈ ਵੀ, ਪਰ ਇਹ ਮਤਲਬ ਕਿ ਤੁਸੀਂ ਡਿਸੀਜਨ ਕਿਵੇਂ ਲੈਂਦੇ ਹੋਗੇ? ਮੈਨੇਜਮੈਂਟ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੇਜਮੈਂਟ? ਜਿਵੇਂ ਹੁਣ ਸਿੱਧੂ ਨੇ ਇਹ ਗੱਲ ਤਾਂ ਪ੍ਰਚਾਰ 'ਤੇ ਸੀ ਕਿ ਮੈਂ ਹੋਮਲੈਂਡ ਨਹੀਂ ਰਹਿੰਦਾ ਹੈਗਾ, ਮੈਂ ਪਿੰਡ ਦੇ ਵਿੱਚ ਰਹਿਣਾ, ਅੱਜ ਜੇ ਮੂਸੇਵਾਲਾ ਤਾਂ ਸਿੱਧੂ ਕਰਕੇ ਜਾਣਿਆ ਜਾਂਦਾ। ਮੈਨੇਜਮੈਂਟ ਇਹ ਹੁੰਦੀ ਹੈ ਬਈ ਤੁਹਾਡੇ ਮੈਨੇਜਰ ਹੁੰਦੇ ਨੇ, ਉਸਦੀ ਕਲਾਕਾਰੀ ਜਿਹੜੀ ਮੈਂ ਸਮਝਦਾ ਅੱਜ ਕਲਾਕਾਰ ਹੋਣ ਦੇ ਨਾਤੇ, ਵੀ ਕਲਾਕਾਰ ਉਹਨੇ ਇਹ ਦੱਸਤਾ ਸੀ ਕਿ ਵੀ ਅਸੀਂ ਵੀ ਕਿਰਤ ਕਰਨ ਵਾਲੇ ਬੰਦੇ ਹਾਂ, ਵੀ ਅਸੀਂ ਐਂ ਨਹੀਂ ਹੈ ਕਿ ਅਸੀਂ ਹਵਾ 'ਚ ਹੀ ਬੈਠੇ ਹਾਂ। ਸਾਰਾ ਕੁਛ ਮਤਲਬ ਕਿ ਜਦੋਂ ਅਸੀਂ ਐਡਾ ਵੱਡਾ ਸਿੰਗਰ ਹੁੰਦਾ, ਸਾਰਾ ਕੁਛ ਮਤਲਬ ਕਿ ਲੋਕਾਂ ਨੂੰ ਦਿਖਾਉਣਾ ਵੀ ਪੈਂਦਾ, ਠੀਕ ਹੈ। ਇਹ ਸਭ ਨੂੰ ਪਤਾ ਕਿ ਉਹ ਸਾਰਾ ਦਿਨ ਖੇਤ ਰਹਿੰਦਾ ਸੀ, ਸਾਰਾ ਕੁਛ ਸੀ ਹੈ ਨਾ, ਪਰ ਜਿਹੜੀ ਮੈਨੇਜਮੈਂਟ ਦੇ ਵਿੱਚ ਤੁਹਾਡਾ ਸ਼ੋਅ ਕੌਣ ਦੇਖ ਰਿਹਾ, ਤੁਹਾਡੇ ਲੀਗਲ ਐਡਵਾਈਜ਼ਰ ਕੌਣ ਹੈ, ਤੁਹਾਡਾ ਸਿਕਿਉਰਿਟੀ ਇੰਚਾਰਜ ਕੌਣ ਹੈ ਨਾ, ਇਹ ਤਿੰਨ ਚੀਜ਼ਾਂ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਨੇ ਇੱਕ ਵੱਡੇ ਬੰਦੇ ਵਾਸਤੇ। ਨਹੀਂ ਤਾਂ ਜਿਹੜੇ ਜਿਹੜੇ ਮਤਲਬ ਕਿ ਪੋਲੀਟੀਕਲ ਲੀਡਰ ਨੇ, ਇਹਨਾਂ ਨੂੰ ਤਾਂ ਨੀਤੀ ਕੋਈ ਮਾਰਦੀ, ਇਹਨਾਂ ਦੇ ਤਾਂ ਰੋਜ਼ਾਨਾ ਦੇ ਕਲੇਸ਼ ਨੇਗੇ। ਇਹਨਾਂ ਨੇ ਕਿਸੇ ਦੇ ਕਤਲ ਦੇ ਵਿੱਚ ਫੋਨ ਕਰਤਾ, ਕਿਸੇ ਦਾ ਕਤਲ ਦੇ ਵਿੱਚ ਇੱਕ ਦੋ ਬੰਦੇ ਦੀ ਫੇਵਰ ਕਰਤੀ, ਦੂਜੀ ਧਿਰ ਗੁੱਸੇ ਹੋ ਗਈ ਹੈ ਨਾ, ਫਿਰ ਤਾਂ ਰੋਜ਼ਾਨਾ ਹੀ ਇਹ ਲੋਕ ਮਾਰੇ ਜਾਣ ਨਾ। ਜੇ ਤੁਹਾਡੇ ਕੋਲ ਇੱਕ ਸਿਕਿਉਰਿਟੀ ਇੰਚਾਰਜ ਨਹੀਂ ਹੈਗਾ, ਤੁਹਾਡਾ ਮੈਨੇਜਰ ਨਹੀਂ ਹੈਗਾ, ਤੁਹਾਡੇ ਲੀਗਲ ਐਡਵਾਈਜ਼ਰ ਨਹੀਂ ਹੈਗੇ, ਤਾਂ ਤੁਹਾਨੂੰ ਇਹ ਚੀਜ਼ਾਂ ਦੇ ਨਾਲ, ਕਿਉਂਕਿ ਜਿਵੇਂ ਉਹ ਸਿੱਧੂ ਆਪ ਹੀ ਕਹਿੰਦਾ ਸੀ ਨਾ, ਜਿਹੜੇ ਦੁਸ਼ਮਣ ਨੇ ਉਹ ਤਰੱਕੀ ਦੇ ਹੁੰਦੇ ਨੇ, ਜਦੋਂ ਤਰੱਕੀ ਆਉਂਦੀ ਹੈ ਤਾਂ ਫਿਰ ਮੈਨੇਜਮੈਂਟ ਸਭ ਤੋਂ ਵੱਧ ਜ਼ਰੂਰੀ ਚੀਜ਼ ਹੈਗੀ ਕਿ ਤੁਸੀਂ ਜਿੰਨੇ ਮਸਲੇ ਹੋਣਗੇ ਉਹਨਾਂ ਨੂੰ ਮੈਨੇਜ ਕਿਵੇਂ ਕਰਨਾ ਹੈ ਜੀ, ਬੋਚ ਬੋਚ ਕੇ ਪੱਬ ਕਿਵੇਂ ਰੱਖਣੇ। ਜਿਵੇਂ ਤੁਸੀਂ ਕਰਦਾਰ ਦੀ ਜਿਵੇਂ ਸ਼ੁਰੂਆਤ 'ਚ ਤੁਸੀਂ ਕਿਹਾ ਕਿ ਸ਼ੁਭਦੀਪ ਸਿੱਧੂ ਮੂਸੇਵਾਲਾ ਦਾ ਇੱਕ ਉਹਨਾਂ ਦਾ ਛੋਟਾ ਨਾਂ ਤੁਸੀਂ ਦੱਸ ਰਹੇ ਸੀ, ਗੰਗੂ ਗੱਗੂ ਗੱਗੂ,
ਵੀ ਇਹ ਕਿਰਦਾਰ ਜਿਹੜੇ ਆਖਰੀ ਸਮੇਂ 'ਚ ਲੱਗਦਾ ਤੁਹਾਨੂੰ ਵੀ ਕਿਤੇ ਮਹਿਸੂਸ ਕਰਨ ਲੱਗ ਗਿਆ ਸਿੱਧੂ ਮੂਸੇਵਾਲਾ, ਜਾਂ ਤੁਸੀਂ ਕਿਤਾਬ ਦੇ ਵਿੱਚ ਕਿਤੇ ਜ਼ਿਕਰ ਕੀਤਾ ਗਿਆ ਕਿ ਵੀ ਉਹ ਇਹੀ ਰਹਿਣਾ ਚਾਹੁੰਦਾ, ਗੁੱਗੂ ਹੀ ਰਹਿਣਾ ਚਾਹੁੰਦਾ, ਗੱਗੂ ਹੀ ਰਹਿਣਾ ਚਾਹੁੰਦਾ? ਇਹਦਾ ਇਹ ਆ ਕਿ ਬਈ ਜਦੋਂ ਮਤਲਬ ਕਿ ਤੁਸੀਂ ਸਾਰਾ ਕੁਝ ਜਿੱਤ ਲਿਆ, ਉਦੋਂ ਵੱਡਾ ਸਿੰਗਰ ਕੋਈ ਨਹੀਂ ਹੈਗਾ, ਠੀਕ ਹੈ? ਉਹਦੇ ਬਰਾਬਰ ਜਦੋਂ ਉਹਦਾ ਗਾਣਾ ਆਉਂਦਾ ਤੇ ਲੋਕ ਆਪਦੇ ਗਾਣੇ ਦੀਆਂ ਤਰੀਕਾਂ ਬਦਲ ਲੈਂਦੇ ਨੇ, ਸਭ ਕੁਝ ਤੁਹਾਡੇ ਕੋਲੇ ਹੈ। ਇੱਕ ਸਟਾਰ ਦੀ ਜ਼ਿੰਦਗੀ ਹੈ ਜਿਹੜੀ ਉਹ ਬੜੀ ਉਲਝਣਾਂ ਨਾਲ ਭਰੀ ਹੋਈ ਅਤੇ ਬੜੀਆਂ ਚਿੰਤਾਵਾਂ ਨਾਲ ਭਰੀ ਹੋਈ ਹੁੰਦੀ ਹੈ। ਅੱਜ ਦੇ ਯੂਥ ਨੂੰ ਇਹ ਲੱਗਦਾ ਕਿ ਰੀਲਾਂ ਦੇ ਨੱਚ ਨੱਚ ਕੇ ਨਗੇਜ ਪ੍ਰਮੋਟ ਕਰ ਕਰਕੇ ਕਿ ਅਸੀਂ ਸਾਨੂੰ ਲੋਕ ਸਟਾਰ ਸਮਝਣ ਬਿਨਾਂ ਕਲਾ ਤੋਂ, ਕੋਈ ਉਹਨਾਂ ਦੇ ਵਿੱਚ ਕੋਈ ਆਰਟ ਨਹੀਂ ਹੈਗਾ, ਬਸ ਉਹ ਸੋਸ਼ਲ ਮੀਡੀਆ 'ਤੇ ਛਾਏ ਰਹਿਣਾ ਚਾਹੁੰਦੇ ਨੇਗੇ। ਪਰ ਉਹ ਇਹ ਗੱਲ ਨਹੀਂ ਜਾਣਦੇ ਜਦੋਂ ਇੱਕ ਬੰਦਾ ਬਹੁਤ ਮਸ਼ਹੂਰ ਹੋ ਜਾਂਦਾ ਹੈ, ਉਹਨੂੰ ਕਿੰਨਾ ਉਹਨੂੰ ਜਿਹੜੀ ਚੀਜ਼ਾਂ ਸੈਕਰੀਫਾਈਸ ਕਰਨੀ ਪੈਂਦੀਆਂ, ਉਹਦੀ ਇੱਕ ਕੀਮਤ ਹੈ। ਸਭ ਤੋਂ ਵੱਡੀ ਕੀਮਤ ਹੈਗੀ ਆਜ਼ਾਦੀ। ਇੱਕ ਬੰਦੇ ਦਾ ਜੀ ਕਰ ਰਿਹਾ ਕਿ ਮੈਂ ਯਾਰ ਖੇਤ ਗੇੜਾ ਮਾਰਿਆ ਵਾਂ, ਉਹ ਖੁਸ਼ ਜਾਂਦੀ ਹੈ, ਉਹ ਖੁਸ਼ ਜਾਂਦੀ ਹੈ। ਫਿਰ ਉਹ ਜੀ ਕਰਦਾ ਜਾ ਕੇ ਯਾਰ ਗੋਲ ਗੱਪੇ ਖਾ ਲਈਏ, ਕ੍ਰਿਕਟ ਖੇਡ ਲਈਏ, ਵਾਲੀਬਾਲ ਖੇਡ ਲਈਏ। ਇਹਨੇ ਕੀ ਦੂਜੇ ਜਿਹੜੇ ਸਿੰਗਰ ਨੇ ਉਹ ਚੰਡੀਗੜ੍ਹ ਰਹਿੰਦੇ ਨੇ, ਮੋਹਾਲੀ ਰਹਿੰਦੇ ਨੇ, ਦੁਬਈ, ਅਮੈਰੀਕਾ, ਕੈਨੇਡਾ ਰਹਿੰਦੇ ਨੇ, ਉਹ ਇਹ ਚੀਜ਼ ਨੂੰ ਸਮਝ ਗਏ ਕਿ ਅਸੀਂ ਇੱਕੋ ਹੀ ਚੀਜ਼ ਕਰ ਸਕਦੇ ਹਾਂ ਕਿ ਅਸੀਂ ਆਪਦੇ ਆਪ ਨੂੰ ਸੈਲੀਬ੍ਰਿਟੀ ਦੇ ਤੌਰ 'ਤੇ ਲੋਕਾਂ ਦੇ ਵਿੱਚ ਵਿਚਰੀਏ। ਜਿਹੜਾ ਸਿੱਧੂ ਸੀਗਾ ਇਹ ਚਾਹੁੰਦਾ ਸੀ ਕਿ ਮੈਂ ਦੋਨੇ ਤਰ੍ਹਾਂ ਦਾ ਬਣ ਕੇ ਰਹਾਂ, ਆਮ ਮਨੁੱਖ ਵੀ ਬਣ ਕੇ ਰਹਾਂ ਅਤੇ ਸੁਪਰ ਸਟਾਰ ਵੀ ਬਣ ਕੇ ਰਹਾਂ। ਅਤੇ ਇਹਨੇ ਕੋਸ਼ਿਸ਼ ਕੀਤੀ, ਇਹਨੇ ਪਿੰਡ ਦੇ ਵਾਲੀਬਾਲ ਗਰਾਊਂਡ ਦੇ ਵਿੱਚ ਵਾਲੀਬਾਲ ਵੀ ਖੇਡੀ, ਕ੍ਰਿਕਟ ਵੀ ਖੇਡੀ, ਫਿਰ ਇਹਨੇ ਆਪਦੇ ਬਾਹਣ ਆਪ ਵੀ ਵਾਹੇ, ਮੋਟਰਸਾਈਕਲਾਂ 'ਤੇ ਝੂਟੇ ਲਏ, ਟਰੈਕਟਰਾਂ 'ਤੇ ਝੂਟੇ ਲਏ, ਪਿੰਡ ਦੇ ਵਿੱਚ ਹੋਲੀਆਂ ਵੀ ਖੇਡੀਆਂ, ਗੋਲ ਗੱਪਿਆਂ ਦੀ ਰੇਹੜੀ 'ਤੇ ਕਰਕੇ ਗੋਲ ਗੱਪੇ ਵੀ ਖਾਧੇ। ਪਰ ਕਿਤੇ ਨਾ ਕਿਤੇ ਇੱਕ ਰਿਸਕ ਬਣਿਆ ਹੋਇਆ ਸੀ ਨਾ, ਵੀ ਐਵੇਂ ਫਿਰ ਮੇਰਾ ਪਤਾ ਵੀ ਲੱਗ ਰਿਹਾ ਸੀ, ਜਿਹੜਾ ਫਿਰ ਪਤਾ ਲੱਗ ਰਿਹਾ ਸੀਗਾ, ਉਹ ਫਿਰ ਮਤਲਬ ਕਿ ਅਚਾਨਕ ਇੱਕ ਦਿਨ ਫਿਰ ਉਹ ਉਸੇ ਚੀਜ਼ ਦੇ ਵਿੱਚ ਵੀ ਇਹ ਕਹਿੰਦਾ ਕਿ ਮੈਂ ਮਾਸੀ ਨੂੰ ਮਿਲਣ ਜਾਂਦਾ, ਅਤੇ ਉਹ ਮਾਸੀ ਨੂੰ ਮਿਲਣ ਗਿਆ, ਵਾਪਸ ਨਹੀਂ ਆਉਂਦਾ। ਉਸ ਘਟਨਾ ਵਾਲੇ ਦਿਨ ਤੋਂ ਪਹਿਲਾਂ ਜਿਹੜੀ ਗੱਡੀ ਕੋਈ ਸ਼ਾਇਦ ਨੁਕਸਾਨੀ ਵੀ ਗਈ ਸੀ ਕੋਈ ਇੱਕ ਦਿਨ ਪਹਿਲਾਂ ਕੋਈ? ਹਾਂ, ਇਹ ਜਿਹੜੀ ਜਿਸ ਨੂੰ ਲੋਕਾਂ ਨੇ ਬਾਅਦ 'ਚ ਜੋੜਿਆ ਵੀ ਸੀਗਾ, ਜਿਹੜੀ ਰੇਂਜ ਰੋਵਰ ਦਾ ਸਿੱਧੂ ਦੇ ਨਾਲ ਨਾਂ ਜੁੜਿਆ ਰਿਹਾ, PVX1, ਜਿਹੜੀ ਐਲਬਮ ਵੀ PVX1 ਦੇ ਨਾਂ ਤੋਂ ਕੀਤੀ, ਉਹ ਜਿਹੜਾ ਇੱਕ ਮੁੰਡਾ ਸੀਗਾ ਇਹਨਾਂ ਦਾ ਦੋਸਤ ਨੂਰ ਚੀਮਾ ਉਹਦੀ ਸੀ, ਜਦੋਂ ਇਹ ਕਨਵਰ ਗਰੇਵਾਲ ਵਰਗਿਆਂ ਦੇ ਨਾਲ ਕੈਨੇਡਾ ਰਹਿੰਦਾ ਹੁੰਦਾ ਸੀ, ਜਦੋਂ ਇਹ ਸਟੈਬਲਿਸ਼ ਹੋ ਰਿਹਾ ਸੀਗਾ, ਉਹ ਰੇਂਜ ਰੋਵਰ ਦਾ ਸਿੱਧੂ ਦੇ ਨਾਲ ਬੜਾ ਨੇੜੇ ਦਾ ਰਿਸ਼ਤਾ ਸੀਗਾ। ਇਹ ਜਾਣਕਾਰੀ ਮੇਰੇ ਕੋਲ ਪੰਜਾਬੀ ਸਿੰਗਰ ਏਕਮ ਸੁਧਾਰ ਹੈ ਜਿਹਨੇ ਮੇਰਾ ਕਿਤਾਬ ਦੇ ਲਿਖਣ ਦੇ ਵਿੱਚ ਬਹੁਤ ਮਦਦ ਕੀਤੀ, ਇਸ ਕਿਤਾਬ ਲਿਖਣ ਦੇ ਵਿੱਚ, ਇਹ ਕਿਤਾਬ ਲਿਖਣ ਦੇ ਵਿੱਚ, ਕਿਉਂਕਿ ਕੈਨੇਡਾ ਵਾਪਰੀਆਂ ਘਟਨਾਵਾਂ, ਜੋ ਵਿਵਾਦ ਹੋਏ, ਜੋ ਉਹਦੇ ਦੋਸਤਾਂ ਦੇ ਨਾਲ ਰੌਲੇ ਪਏ, ਹੈ ਨਾ, ਉਹ ਜੇ ਮੈਂ ਮਤਲਬ ਕਿ ਇੱਧਰੋਂ ਜਾਣਕਾਰੀ ਲੈਂਦਾ ਇੱਕ ਪਾਸਿਓਂ ਤਾਂ ਇੱਕ ਪਾਸੜ ਹੋ ਜਾਂਦੀ ਜੀ, ਮੈਂ ਦੋਨੇ ਪਾਸੇ ਤੋਂ ਜਾਣਕਾਰੀ ਲਈ ਕਿ ਉਹਨਾਂ ਦੇ ਕੀ ਪੱਖ ਨੇਗੇ। ਮੈਂ ਇਹਦੇ ਵਿੱਚ ਜੱਜ ਕਿਤੇ ਨਹੀਂ ਬਣਿਆ, ਮੈਂ ਵਾਰੀ ਵਾਰੀ ਕਹਿ ਗਿਆ, ਮੈਂ ਦੱਸਿਆ ਮਤਲਬ ਉਹ ਤਾਂ ਇਹ ਸੋਚਦੀ ਸੀ, ਇਹ ਸੋਚਦੇ ਸੀ, ਡਿਸਾਈਡ ਪਾਠਕ ਨੇ ਕਰਨਾ, ਲੋਕਾਂ ਨੇ ਡਿਸਾਈਡ ਕਰਨਾ ਕਿ ਕੌਣ ਗਲਤ ਸੀ ਕੌਣ ਸਹੀ ਸੀ ਜੀ। ਉਹ ਜਿਹੜੀ ਰੇਂਜ ਰੋਵਰ ਸੀਗੀ, ਉਹ ਰੇਂਜ ਰੋਵਰ ਦੇ ਨਾਲ ਸਿੱਧੂ ਦਾ ਰਿਸ਼ਤਾ ਸੀਗਾ, ਅਤੇ ਬੜੀ ਮਤਲਬ ਕਿ ਹੈਰਾਨ ਕਰਨ ਵਾਲੀ ਗੱਲ ਸੀ ਕਿ ਮੇਰੇ ਕੋਲ ਇਹ ਜਾਣਕਾਰੀ ਮੈਨੂੰ ਏਕਮ ਨੇ ਦਿੱਤੀ ਕਿ 28 ਮਈ ਨੂੰ ਇਹ ਉਹ ਰੇਂਜ ਰੋਵਰ ਦਾ ਐਕਸੀਡੈਂਟ ਹੋ ਜਾਂਦਾ ਅਤੇ ਉਹ ਟੋਟਲ ਲੋਸ ਦੇ ਵਿੱਚ ਚਲੀ ਜਾਂਦੀ ਹੈ, ਅਤੇ ਮਤਲਬ ਕਿ ਮੁੜ ਕੇ ਉਹ ਰੋਡ 'ਤੇ ਨਹੀਂ ਆਉਂਦੀ, ਕਹਿਣ ਤੋਂ ਬਾਅਦ ਕਿ ਖਤਮ ਹੋ ਜਾਂਦੀ ਹੈ, 29 ਨੂੰ ਇਹ ਘਟਨਾ ਵਾਪਰ ਜਾਂਦੀ, ਸਿੱਧੂ ਦਾ ਕਤਲ ਹੋ ਜਾਂਦਾ। ਅਤੇ ਅੱਜ ਵੀ ਉਹਨਾਂ ਕੋਲ ਉਹ ਰੇਂਜ ਰੋਵਰ ਦੀਆਂ ਜਿਹੜੀਆਂ
ਨੰਬਰ ਪਲੇਟਾਂ ਨੇ ਉਹ ਸਾਂਭ ਕੇ ਰੱਖੀਆਂ ਗਈਆਂ ਨੇ ਪਈਆਂ ਨੇ, ਅਤੇ ਇਹ ਵੀ ਕਿਹਾ ਕਿ ਉਹਨਾਂ ਦੀ ਕਰੋੜਾਂ ਰੁਪਈਆ ਲੋਕ ਦੇਣ ਨੂੰ ਵੀ ਤਿਆਰ ਨੇ, ਪਰ ਉਹ PVX1 ਦੀਆਂ ਨੰਬਰ ਪਲੇਟਾਂ ਉਹਨਾਂ ਕੋਲ ਨਹੀਂ ਗਈਆਂ ਜੀ। ਜਾਂਦੇ ਹੋਏ ਦੇਖਣ ਵਾਲੇ ਜਿੰਨੇ ਵੀ ਸਾਡੇ ਦੇਖ ਰਹੇ ਨੇ, ਕੀ ਕਹੋਗੇ ਕਿ ਇਸ ਕਿਤਾਬ ਨੂੰ ਕਿਉਂ ਪੜ੍ਹਨਾ ਚਾਹੀਦਾ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਜਿਹੜੀ ਜਾਣਕਾਰੀ ਹੈ? ਮੈਂ ਬਸ ਇਹੀ ਗੱਲ ਕਹੂੰਗਾ ਕਿ ਤੁਸੀਂ ਸਿੱਧੂ ਮੂਸੇਵਾਲੇ ਨੂੰ ਜੇ ਜਾਣਨਾ ਚਾਹੁੰਦੇ ਹੋ ਕਿ ਜਿਹੜੇ ਲੋਕ ਸਿੱਧੂ ਨੂੰ ਨਫ਼ਰਤ ਵੀ ਕਰਦੇ ਆ, ਸਿਰਫ ਇਸ ਗੱਲ ਕਰਕੇ ਨਫ਼ਰਤ ਕਰਦੇ ਆ ਕਿ ਉਹਦਾ ਜਿਹੜਾ ਐਟੀਟਿਊਡ ਸੀ ਉਹ ਬਹੁਤ ਅਗਰੈਸਿਵ ਸੀ, ਤਾਂ ਕਿਉਂ ਸੀ, ਕਿਉਂ ਮਤਲਬ ਕਿ ਇੰਨਾ ਅਗਰੈਸ਼ਨ, ਉਹਦੇ ਪਿੱਛੇ ਬਰੀਕੀਆਂ ਕੀ ਸੀ, ਮਤਲਬ ਕਿ ਘਟਨਾਵਾਂ ਕੀ ਸੀ? ਉਹ ਸਾਰੀਆਂ ਘਟਨਾਵਾਂ ਜਿਹੜੀਆਂ ਘਟਨਾਵਾਂ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹੋ ਕਿ AK-47 ਵਾਲਾ ਮਸਲਾ ਕੀ ਹੋਇਆ ਸੀ, ਦਿੜਬੇ ਕੱਪ 'ਤੇ ਕੀ ਹੋਇਆ ਸੀ, ਕਿਉਂ ਉਹਦੇ ਆਪਦੇ ਦੋਸਤਾਂ ਦੇ ਨਾਲ ਲੰਮਾ ਸਮਾਂ ਰਿਸ਼ਤੇ ਨਹੀਂ ਚੱਲੇ, ਹੈ ਨਾ, ਕੀ ਸਿਕਿਉਰਿਟੀ ਇਸ਼ੂ ਸੀ ਉਹਦੇ, ਹੈ ਨਾ, ਉਹ ਸਾਰੀਆਂ ਚੀਜ਼ਾਂ ਇਹ ਕਿਤਾਬ ਦੇ ਵਿੱਚ ਬੰਦ ਨਹੀਂਗੀਆਂ ਜੀ। ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ ਤੱਥਾਂ ਦੇ ਆਧਾਰ 'ਤੇ, ਸਾਰਥਕ ਵਿਰੋਧ ਕਰ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਕਿ ਇਹ ਇਨਫੋਰਮੇਸ਼ਨ ਫਾਲਸ ਹੈ, ਅਤੇ ਮੈਂ ਉਹ ਜਿਹੜਾ ਵਿਰੋਧ ਹੋਊ ਉਹ ਝੱਲਣ ਵਾਸਤੇ ਤਿਆਰ ਹੋਊਂਗਾ ਜੀ। ਮੈਨੂੰ ਉਹਦੇ ਵਿੱਚ ਜੇ, ਕਿਉਂਕਿ ਜੇ ਤੁਸੀਂ ਕੰਮ ਕਰਦੇ ਹੋ ਬਈ ਕਮੀਆਂ ਤਾਂ ਰਹਿ ਜਾਂਦੀਆਂ ਨੇ, ਹੈ ਨਾ, ਮੈਂ ਨਹੀਂ ਕਹਿੰਦਾ ਕਿ ਜਮ੍ਹਾਂ ਪੂਰੀ ਮਤਲਬ ਕਿ ਇਹ ਕਿਤਾਬ ਇਹਦੇ ਵਿੱਚ ਕਦੇ ਕੋਈ ਕਮੀ ਨਹੀਂ ਰਹਿ ਗਈ। ਜਿਹੜੀ ਜਾਣਕਾਰੀ ਜਿਹੜੀ ਤੁਹਾਨੂੰ ਲੱਗਦਾ ਕਿ ਵੀ ਮੈਨੂੰ ਵੀ ਲੱਗਦਾ ਸ਼ੱਕ ਆ, ਤਾਂ ਤੁਸੀਂ ਉੱਥੇ ਕੋਈ ਕੋਡ ਕੀਤਾ ਹੋਇਆ ਕੁਛ? ਮੈਂ ਬਿਲਕੁਲ ਲਿਖਿਆ ਜੀ, ਮੈਂ ਗੱਲ ਲਿਖਿਆ ਕਿ ਇਹ ਚੀਜ਼ ਦੀ ਪ੍ਰਮਾਣਿਕਤਾ ਕੋਈ ਨਹੀਂ, ਪਰ ਇਹ ਚੀਜ਼ ਮੀਡੀਆ 'ਚ ਸੋਸ਼ਲ ਮੀਡੀਆ 'ਚ ਵਿਚਾਰੀ ਗਈ ਹੈ, ਇਹ ਚੀਜ਼ ਪਬਲਿਕ ਡੋਮੇਨ ਦੇ ਵਿੱਚ ਹੈਗੀ ਆ, ਪਰ ਇਹ ਚੀਜ਼ ਨੂੰ ਕਿਤੇ ਸਾਬਤ ਨਹੀਂ ਕੀਤਾ ਗਿਆ ਅੱਜ ਤੱਕ, ਇਹ ਗੱਲ ਦਾ ਕਿਸੇ ਕੋਲ ਪ੍ਰੂਫ ਨਹੀਂ ਹੈਗਾ। ਉੱਥੇ ਮੈਂ ਸ਼ਬਦ ਵਰਤਿਆ ਕਿ ਇਹਦੀ ਕੋਈ ਪ੍ਰਮਾਣਿਕਤਾ ਨਹੀਂ ਹੈਗੀ। ਇਹ ਗੱਲ ਇੱਕ ਹੋਰ ਇਸ ਕਿਤਾਬ ਦੇ ਵਿੱਚ ਸ਼ਾਇਦ ਜੇਕਰ ਤੁਸੀਂ ਕੀਤਾ ਹੋਵੇ, ਜਿਵੇਂ ਬਹੁਤੀਆਂ ਚੀਜ਼ਾਂ ਸਿੱਧੂ ਦੇ ਹੁੰਦੇ ਚੋਰੀ ਹੁੰਦੀਆਂ ਰਹੀਆਂ, ਗਾਣੇ ਲੀਕ ਹੋ ਜਾਂਦੇ ਰਹੇ। ਹਾਂ, ਸਿੱਧੂ ਦਾ ਮਤਲਬ ਕਿ ਸਿੱਧੂ ਦੇ ਪਾਸਪੋਰਟ ਚੋਰੀ ਹੋ ਗਏ, ਸਿੱਧੂ ਦੇ ਮੋਬਾਈਲ ਚੋਰੀ ਹੋ ਗਿਆ ਸੀਗਾ, ਹੁਣ ਸਿੱਧੂ ਦਾ ਫੋਨ ਦਾ ਪਾਸਵਰਡ ਸੀਗਾ ਆਈਫੋਨ ਦਾ, ਉਹ ਖੁਲਵਾਉਣ ਵਾਸਤੇ ਸਰਦਾਰ ਬਲਕੌਰ ਸਿੰਘ ਇੰਗਲੈਂਡ ਗਏ ਸੀਗੇ, ਉੱਥੋਂ ਸਿੱਧੂ ਦਾ ਫੋਨ ਗਾਇਬ ਹੋ ਗਿਆ। ਦਿੜਬੇ ਕਬੱਡੀ ਕੱਪ 'ਤੇ ਸਿੱਧੂ ਦੇ ਗੱਡੀ ਦੇ ਵਿੱਚੋਂ 3.5 ਲੱਖ ਰੁਪਈਆ ਗਾਇਬ ਹੋ ਗਿਆ, ਅਤੇ ਹੈ ਇਹ ਸਾਰੀਆਂ ਚੀਜ਼ਾਂ ਰਹੱਸਮਈ ਨਹੀਂ ਗੀਆਂ। ਜਿਵੇਂ ਉਹ ਮੁੰਡਿਆਂ ਦਾ ਵੀ ਕੁਛ ਜ਼ਿਕਰ ਨਹੀਂ ਹੋਇਆ ਉਸ ਤੋਂ ਬਾਅਦ, ਜੋ ਅੰਤ ਸਮੇਂ 'ਚ ਜਿਹੜੇ ਨਾਲ ਸੀ ਸੱਜਣ, ਉਹ ਘਰਾਂ ਦੇ ਮੁੰਡੇ ਸੀਗੇ ਬਾਈ ਸਿੱਧੂ ਦੇ, ਇੱਕ ਤਾਂ ਪੁਰਾਣੇ ਗੁਰਿੰਦਰ ਸੀਗਾ, ਗਿੰਦੀ ਕਹਿ ਦਿੰਦੇ ਹਾਂ ਅਸੀਂ, ਅਤੇ ਉਹਦੇ ਮੈਂ ਇੱਕ ਗੱਲ ਮੰਨਦਾ ਹੈ ਬਈ ਦੇਖੋ ਵੀ ਮੇਰੇ ਉਹਨਾਂ ਨਾਲ ਵੀ, ਗਿੰਦੀ ਨਾਲ ਵੀ ਮੈਂ ਮਤਲਬ ਕਿ ਬਹੁਤਾ ਨਹੀਂ ਵਿਚਰਿਆ ਕਿਤੇ, ਗੁਰਿੰਦਰ ਗਿੰਦੀ ਨਾਲ। ਦੂਜਾ ਮੁੰਡਾ ਪਿੰਕਾ, ਮਤਲਬ ਕਿ ਉਹਦੇ ਨਾਲ ਮੇਰੀ ਬੋਲਚਾਲ ਰਹੀ ਹੈਗੀ, ਉਹਦੇ ਨਾਲ ਵੀ ਮੈਂ ਬਹੁਤਾ ਨਹੀਂ ਵਿਚਰਿਆ, ਪਰ ਮੈਂ ਉਹ ਬੰਦਾ ਸੀ ਜਿਹਨੇ ਇਹ ਗੱਲ ਕਹੀ ਸੀ, ਜਦੋਂ ਭਗਵੰਤ ਮਾਨ ਘਰ ਆਉਂਦਾ ਜੀ ਕਿ ਸਰਕਾਰ ਪ੍ਰੈਸ਼ਰ ਦੇ ਵਿੱਚ ਹੈ ਸਿੱਧੂ ਦੇ ਦੋਸਤਾਂ ਨੂੰ, ਪਰਿਵਾਰ ਨੂੰ ਨਹੀਂ ਮੈਂ ਇਹ ਗੱਲ ਕਹੀ ਐਵੇਂ ਕਹਾ, ਹੈ ਨਾ, ਕਿ ਇਹ ਕਹੀ ਸੀ ਜਿਹੜੇ ਬੰਦੇ ਉੱਥੇ ਮੋਹਰੀ ਸੀਗੇ ਕਿ ਯਾਰ ਹੁਣ ਉਹ ਸਮਾਂ ਗਾ ਵੀ ਜਾਣ ਵਾਲਾ ਚੱਲ ਗਿਆ, ਇਹ ਮੁੰਡੇ ਗਰੀਬ ਘਰਾਂ ਦੇ, ਬਹੁਤੇ ਫਾਈਨੈਂਸ਼ੀਅਲੀ ਸਟਰੋਂਗ ਨਹੀਂ, 2-2, 3-3 ਗੋਲੀਆਂ ਇਹਨਾਂ ਦੇ ਲੱਗੀਆਂ ਨੇ, ਹੈ ਨਾ, ਆਪਣੇ ਨਾਲ ਉਹਨਾਂ ਦੇ ਵਿਚਾਰ ਮਤਭੇਦ ਹੈਗੇ ਪਰ ਉਹਨਾਂ ਨੇ ਗੋਲੀਆਂ ਤਾਂ ਖਾਧੀਆਂ ਨਾ, ਇਹਨਾਂ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ, ਇਹਨਾਂ ਦੀ ਸਰਕਾਰੀ ਨੌਕਰੀ ਦੀ ਮੰਗ ਕਰੋ, ਠੀਕ ਹੈ, ਕਿਉਂਕਿ ਨੁਕਸਾਨੇ ਤਾਂ ਗਏ ਨੇ ਨਾ ਆਖਿਰਕਾਰ, ਐਡੇ ਉਹਨਾਂ ਦੇ ਆਪਰੇਸ਼ਨ ਹੋਏ ਨੇ, ਪਰ ਇਹ ਮੀਡੀਆ ਸੋਸ਼ਲ ਮੀਡੀਆ ਦਾ ਯੁੱਗ ਆ, ਉਹਦੇ ਵਿੱਚ ਤਾਂ ਲੋਕਾਂ ਨੇ ਇਹ ਵੀ ਕਹਿਤਾ ਕਿ ਜੀ ਉਹਨਾਂ ਤੋਂ ਇਨਵੈਸਟੀਗੇਸ਼ਨ ਕਰੋ, ਉਹਨਾਂ ਦਾ ਵਿੱਚ ਕੋਈ ਨਾ ਕੋਈ ਹੱਥ ਨਿਕਲੂਗਾ, ਪਰ ਹੁਣ ਅਸੀਂ ਤਾਂ ਰੋਜ਼ ਵਿਚਰਦੇ ਸੀ ਨਾ, ਅਸੀਂ ਬੇਸ਼ੱਕ ਮਤਲਬ ਕਿ ਬੋਲਦੇ ਹੋਈਏ ਨਾ ਬੋਲਦੇ, ਪਰ ਸਾਨੂੰ ਪਤਾ ਨਾ ਵੀ ਯਾਰ ਗਿੰਦੀ ਰੋਜ਼ਾਨਾ ਤਾਂ ਨਾਲ ਹੁੰਦਾ ਸੀਗਾ,
ਇਕੱਠੇ ਬੈਠ ਕੇ ਰੋਟੀ ਖਾਂਦੇ, ਉਹ ਬੰਦਾ ਵਿਚਾਰਾ ਮਤਲਬ ਉਹਨਾਂ ਨੇ ਕਹਿੰਦੇ ਵੀ ਗੋਲੀਆਂ ਨਹੀਂ ਚਲਾਈਆਂ, ਉਹਨਾਂ ਕੋਲ ਜਦੋਂ ਵੈਪਨ ਹੀ ਨਹੀਂ, ਉਹ ਗੋਲੀਆਂ ਕਿੱਥੋਂ ਚਲਾਉਣਗੇ? ਜਦੋਂ ਉਹਨਾਂ ਕੋਲ ਵੈਪਨ ਹੋਊਗਾ ਫਿਰ ਚਲਾਉਣਗੇ। ਹੁਣ ਹਮਲਾ ਐਡੇ ਹਥਿਆਰਾਂ ਦੇ ਨਾਲ ਹਮਲਾ ਹੋਇਆ ਹੈਗਾ, ਓਬਵੀਅਸ ਜੀ ਗੱਲ ਆ ਬਈ ਹਰ ਕੋਈ ਡਰ ਜਾਂਦਾ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਬਾਈ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ, ਇਸ ਕਿਤਾਬ ਦੇ ਉੱਤੇ ਚਰਚਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ।